ਦਬੇ ਕੁਚਲੇ ਲੋਕਾਂ ਲਈ ਖੜਦਾ ਸੀ, ਧੀਆਂ ਭੈਣਾਂ ਦੇ ਹੱਕ 'ਚ। ਸਭ ਤੋਂ ਵੱਡੀ ਗੱਲ, ਇੰਨੀ ਯੰਗ ਏਜ ਦੇ ਵਿੱਚ ਬੰਦਾ ਮੁੰਡਾ ਹੋਵੇ ਕੋਈ, ਹਰੇਕ ਕੁੜੀ ਨੂੰ ਭੈਣ ਕਹਿ ਕੇ ਬੁਲਾਉਣਾ, ਔਰ ਜਿਹੜੇ ਯਾਰ ਦੋਸਤ ਦੇ ਘਰ ਜਾਣਾ ਜਿੱਥੇ ਮਾਵਾਂ ਭੈਣਾਂ ਬੈਠੀਆਂ ਹੋਣੀਆਂ, ਨੀਵੀਂ ਪਾ ਕੇ ਨਿਕਲਣੀਆਂ, ਇਹ ਗੱਲਾਂ ਆਮ ਲੋਕਾਂ ਤੋਂ ਸੁਣਨ ਨੂੰ ਮਿਲਦੀਆਂ ਨੇ। ਇਹ ਸਾਡੀਆਂ ਕੋਈ ਬਣਾਈਆਂ ਹੋਈਆਂ ਗੱਲਾਂ ਨਹੀਂ ਹੈਗੀਆਂ ਵੀ ਅਸੀਂ ਆਪਣੀ ਫਿਲਮ ਚਲਾਉਣ ਲਈ ਇਹ ਕਰੈਕਟਰ ਇੱਦਾਂ ਦਾ ਬਣਾਤਾ। ਜਿਹੜਾ ਬੰਦਾ ਅਸਲੀ ਮਰਦ ਕਹਿੰਦੇ ਉਹ ਹੁੰਦਾ ਜਿਹੜਾ ਕਮਜ਼ੋਰਾਂ ਨਾਲ ਨਹੀਂ ਕਮਜ਼ੋਰਾਂ ਲਈ ਲੜੇ। Let's welcome Starcast of the movie Gandhi 3, Dev Kharod, Aditi Arya, Navdeep Kaler, Dhanveer Singh, Karamjit Barad, Lucky Taliwal, Daksh Ajit Singh, Jimmy Sharma, Ankita Sally, and producers of the movie Gandhi 3, Ravneet Kaur Chahal, Rajesh Kumar Arora, Ashu Manish Sahni, director of the movie Mandeep Benipal. Zordar taaliyan de naal ek var swagat karde hain apni sari team Gandhi 3 da. Come on everyone, can we have a huge round of applause? Hello, hello. Haanji, sat sri akaal ji saryan nu, saadi sari team vallon tuhanu saryan nu welcome hai ji. So Gandhi 3 aa rahi hai 30 august nu, tuhanu saryan nu pata hi hai, te saadi sari team naal hai. Producer saab saade ਰਾਜੇਸ਼ ਬਾਈ ਜੀ, ਰਾਜੇਸ਼ ਅਰੋੜਾ ਸਾਹਿਬ, ਮਨੀ ਸਾਨੀ ਭਾਅ ਜੀ, ਤਨਵੀਰ ਬਾਈ ਅਤੇ ਅਦਿੱਤੀ ਆਰਿਆ। ਮੈਂ ਆਰਿਆ ਪਹਿਲਾਂ ਲਾ ਲੈਣਾ, ਅਦਿੱਤੀ ਬਾਅਦ 'ਚੋਂ ਕਹਿੰਦਾ ਕਈ ਵਾਰ। ਨਵਦੀਪ ਕਲੇਰ ਬਾਈ, ਲੱਕੀ ਧਾਲੀਵਾਲ, ਸੋ ਸਾਰੇ ਜਣੇ ਅਸੀਂ ਬੈਠੇ ਹਾਂ। ਤੁਹਾਡਾ ਮੈਂ ਨਾਮ, ਸੋਰੀ, ਅੰਕਿਤਾ, ਅੰਕਿਤਾ ਭੁੱਲ ਗਏ ਸਾਡੇ ਭਾਅ ਜੀ। ਅਤੇ ਸਾਰੀ ਟੀਮ ਸਾਡੀ, ਅਸੀਂ ਤੁਹਾਨੂੰ, ਤੁਸੀਂ ਟ੍ਰੇਲਰ ਦੇਖ ਹੀ ਲਿਆ ਜੀ, ਟ੍ਰੇਲਰ ਸਾਰਿਆਂ ਨੇ ਬਹੁਤ ਐਪਰੀਸ਼ੀਏਟ ਕੀਤਾ, ਜਿੰਨੇ ਗਾਣੇ ਆਏ ਨੇ, ਮਿਊਜ਼ਿਕ ਆਇਆ, ਉਹ ਬਹੁਤ ਐਪਰੀਸ਼ੀਏਟ ਹੋ ਰਿਹਾ। ਬਾਕੀ ਹੁਣ 30 ਅਗਸਤ ਦੀ ਵੇਟ ਹੈ ਜੀ, ਦੇਖਦੇ ਹਾਂ। ਸਾਡੇ ਆਪ ਧੜਕੂ ਲੱਗਿਆ ਪਿਆ ਕਿ ਕੀ ਬਣੂਗਾ, ਹੈ ਨਾ। ਸੋ ਸਾਡੀਆਂ ਜਿਹੜੀਆਂ ਉਮੀਦਾਂ ਨੇ ਉਹ ਬਹੁਤ ਵੱਡੀਆਂ ਨੇ ਇਸ ਫਿਲਮ ਤੋਂ ਸਾਰਿਆਂ ਦੀਆਂ। ਅਤੇ ਬਾਕੀ ਤੁਸੀਂ ਲੋਕੋਂ, ਤੁਹਾਨੂੰ ਵੱਧ ਪਤਾ ਹੁੰਦਾ ਕਿ ਕੀ ਰਿਸਪੋਂਸ ਹੈ, ਕੀ ਬਣੂਗਾ। ਅਤੇ ਅਸੀਂ ਤਾਂ ਪੇਪਰ ਦਿੱਤਾ, ਹੁਣ ਉਹਦੇ ਰਿਜ਼ਲਟ ਦੀ ਵੇਟ ਕਰ ਰਹੇ ਹਾਂ ਕਿ ਕੀ ਆਊਗਾ। ਤੁਹਾਡਾ ਕੋਈ ਸਵਾਲ ਜਵਾਬ ਹੈਗਾ ਜੀ, ਤੁਸੀਂ ਪੁੱਛੋ, ਸਾਡੀ ਤਾਂ ਇੰਨੀ ਗੱਲਬਾਤ ਹੈ। ਤਾਂ ਗਾਂਧੀ 1, ਗਾਂਧੀ 2 ਬਲੋਕਬਸਟਰ ਗਈ ਹੈ, ਹੁਣ ਗਾਂਧੀ 3 ਆਉਣ ਜਾ ਰਹੀ ਹੈ, ਤਾਂ ਕੀ ਐਕਸਪੈਕਟੇਸ਼ਨ ਹੈ ਆਡੀਅੰਸ ਤੋਂ ਕਿ ਇਸ ਮੂਵੀ ਨੂੰ ਕਿੰਨਾ ਕੁ ਪਿਆਰ ਮਿਲਣ ਵਾਲਾ ਹੈ? ਦੇਖੋ, ਇਹ ਮੈਨੂੰ ਇਹ ਲੱਗਦਾ ਹੁੰਦਾ ਕਿ ਫਿਲਮ ਸਾਡੀ ਨਹੀਂ, ਆਡੀਅੰਸ ਦੀ ਫਿਲਮ ਹੈ ਜੀ, ਕਿਉਂਕਿ ਇਹਦੇ ਨਾਲ ਯੂਥ ਤੋਂ ਲੈ ਕੇ ਹਰ ਏਜ ਵਰਗ ਇਸ ਫਿਲਮ ਨਾਲ ਜੁੜਿਆ ਹੋਇਆ। ਮੈਂ ਜਦੋਂ ਟਰੈਵਲ ਕਰਦਾ ਕਿਤੇ, ਏਅਰਪੋਰਟ 'ਤੇ ਜਾਂਦਾ ਜਾਂ ਕਿਤੇ, ਹਰ ਉਮਰ ਦੇ ਲੋਕ ਮਿਲਦੇ ਆ, ਇਸ ਫਿਲਮ ਬਾਰੇ ਗੱਲ ਕਰਦੇ ਆ। ਮੇਰੀਆਂ ਬਾਕੀ ਫਿਲਮਾਂ ਬਾਰੇ ਬਹੁਤ ਘੱਟ ਗੱਲਬਾਤ ਹੁੰਦੀ ਹੈ, ਔਰ ਮੈਨੂੰ ਦੇਵ ਕਹਿ ਕੇ ਲੋਕ ਘੱਟ ਬੁਲਾਉਂਦੇ ਆ, ਗਾਂਧੀ ਕਹਿ ਕੇ ਜ਼ਿਆਦਾ ਬੁਲਾਉਂਦੇ ਆ। ਜੇ ਅੱਜ ਵੀ ਤੁਸੀਂ ਕਿਤੋਂ ਪੁੱਛਾ, ਗਾਂਧੀ ਦੀ ਫਿਲਮ ਆ ਰਹੀ ਹੈ, ਗਾਂਧੀ ਬਾਈ, ਪਿੱਛੇ ਬਾਈ ਲਾਉਂਦੇ ਆ। ਇਸ ਫਿਲਮ ਨੇ ਰਿਸਪੈਕਟ ਵੀ ਦਵਾਈ ਅਤੇ ਇੰਡਸਟਰੀ 'ਚ ਨਾਮ ਵੀ ਦਵਾਇਆ। ਅੱਜ ਜਿੰਨੇ ਵੀ ਅਸੀਂ ਬੈਠੇ ਹਾਂ, ਲੱਕੀ ਧਾਲੀਵਾਲ, ਨਵਦੀਪ ਕਲੇਰ, ਖੈਰ ਅਦਿੱਤੀ ਜੀ ਨਵੇਂ ਜੁੜੇ ਨੇ, ਤਨਵੀਰ ਨਵਾਂ ਪਾਰਟ ਬਣਿਆ, ਸੋ ਹੋਰ ਇਹਦੇ ਇਸ ਤੋਂ ਪਹਿਲਾਂ ਧੀਰਜ ਕੁਮਾਰ, ਜਗਜੀਤ ਸੰਧੂ, ਜਿੰਨੇ ਵੀ ਕਲਾਕਾਰ ਨੇ ਸਾਰੇ ਅੱਜ ਸਥਾਪਿਤ ਹੋ ਚੁੱਕੇ ਨੇ ਇੰਡਸਟਰੀ 'ਚ ਇਸ ਫਿਲਮ ਦੀ ਬਦੌਲਤ, ਕਿਉਂਕਿ ਇੱਕ ਬਹੁਤ ਵੱਡੀ ਫੈਨ ਫੋਲੋਇੰਗ ਬਣੀ, ਔਰ ਯੂਥ ਦੇ ਦਿਲ 'ਚ ਜਿਹੜੇ ਇਸ ਫਿਲਮ ਦੇ ਕਰੈਕਟਰ ਨੇ ਸਾਰਿਆਂ ਨੇ ਘਰ ਕੀਤਾ। ਮੈਨੂੰ ਲੱਗਦਾ ਭਾਅ ਜੀ ਤੁਹਾਨੂੰ ਵੱਧ ਪਤਾ, ਮਨੀਸ਼ ਭਾਅ ਜੀ, ਬਹੁਤ ਘੱਟ ਫਿਲਮਾਂ ਹੁੰਦੀਆਂ ਜਿਹੜੇ ਸਵੇਰ ਦੇ ਸ਼ੋਅ ਭਰਦੀਆਂ, ਹੈ ਨਾ ਜੀ। ਅਤੇ ਉਹਨਾਂ ਸਿਨਮੇ ਦੇ ਵਿੱਚੋਂ ਸਿਨਮਾ ਜੀ ਇਹ ਗਾਂਧੀ 1, ਗਾਂਧੀ 2 ਸਵੇਰ ਦੇ ਜਿਹੜੇ ਸ਼ੋਅ ਸੀਗੇ ਸਾਡੀ ਪੰਜਾਬੀ ਇੰਡਸਟਰੀ ਦੇ ਵਿੱਚ, ਕਿ ਕਿਸੇ ਵੀ ਇੰਡਸਟਰੀ ਦੇ ਵਿੱਚ ਬਹੁਤ ਘੱਟ ਹਾਊਸਫੁੱਲ ਹੁੰਦੇ ਨੇ, ਬਹੁਤ ਘੱਟ ਫਿਲਮਾਂ ਇਹੋ ਜਿਹੀਆਂ ਹੁੰਦੀਆਂ ਨੇ ਜੋ ਸਵੇਰੇ ਹੀ ਲੋਕਾਂ ਨੂੰ ਕੱਢ ਲਿਆਉਣ। ਸੋ ਇਹ ਉਹ ਸਿਨਮਾ ਹੈ ਜਿਹਨੇ ਕੱਢਿਆ ਪਹਿਲਾਂ ਵੀ ਡਾਕੂਆਂ ਦਾ ਮੁੰਡਾ ਹੋਵੇ, ਭਾਵੇਂ ਗਾਂਧੀ ਸੀਰੀਜ਼ ਹੋਵੇ ਸਾਡੀ, ਔਰ ਤੀਜਾ ਪਾਰਟ ਇਹਦਾ ਆ ਰਿਹਾ, ਆਡੀਅੰਸ ਡਿਮਾਂਡ 'ਤੇ ਬਣਾਇਆ ਗਿਆ। ਜਦੋਂ ਵੀ ਅਸੀਂ
ਕਦੇ ਕੋਈ ਪੋਸਟ ਪਾਉਣੀ ਕਿਸੇ ਫਿਲਮ ਦੀ, ਯਾਰ ਗਾਂਧੀ ਥ੍ਰੀ ਲੈ ਕੇ ਆਓ, ਬਹੁਤ ਸਾਰੇ ਕਮੈਂਟ ਹੁੰਦੇ ਸੀਗੇ ਉਹਦੇ ਵਿੱਚ। ਔਰ ਦੂਜੀ ਗੱਲ ਮੈਂ ਇੱਕ ਕਲੀਅਰ ਕਰ ਦੇਣੀ ਚਾਹੁੰਦਾ ਤੁਹਾਨੂੰ ਕਿ ਇਹ ਬਹੁਤ ਸਾਰੇ ਲੋਕ ਪੁੱਛਦੇ ਨੇ ਸਾਡੇ ਕਮੈਂਟਸ ਦੇ ਵਿੱਚ ਆ ਕੇ, ਯਾਰ ਤੁਸੀਂ ਐਵੇਂ ਬਣਾਤੀ ਗਾਂਧੀ 1 'ਚ ਮਰ ਗਿਆ ਸੀ, 2 'ਚ ਮਰ ਗਿਆ ਸੀ, ਹੁਣ ਕੀ ਦਿਖਾਓਗੇ। ਮੇਰੀ ਇੱਕ ਪਰਸਨਲੀ ਸੋਚ ਇਹ ਹੈ ਕਿ ਇਨਸਾਨ ਮਰ ਜਾਂਦਾ, ਉਹਦੀਆਂ ਕਹਾਣੀਆਂ, ਉਹਦੇ ਕਿੱਸੇ ਨਹੀਂ ਕਦੇ ਮਰਦੇ, ਜੋ ਉਹਦੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਜੁੜੇ ਹੁੰਦੇ ਨੇ ਉਹਦੇ ਨਾਲ। ਸੋ ਗਾਂਧੀ ਇੱਕ ਇਹੋ ਜਿਹਾ ਇਨਸਾਨ ਸੀਗਾ ਜਿਹਦੇ ਬਹੁਤ ਸਾਰੇ ਕਿੱਸੇ ਕਹਾਣੀਆਂ ਸਾਡੇ ਕੋਲ ਲਿਖੇ ਪਏ ਸੀਗੇ। ਮੈਂ ਖੁਦ ਜਦੋਂ ਮਹਿੰਦੀ ਬਾਈ ਨੂੰ ਮਿਲਿਆ ਸੀਗਾ ਸੈਕਿੰਡ ਪਾਰਟ ਲਈ, ਤਾਂ ਅਸੀਂ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਦੱਸੀਆਂ, ਉਹ ਸਾਰੀਆਂ ਗੱਲਾਂ ਮੈਂ ਇੱਕ ਕਾਪੀ 'ਤੇ ਲਿਖਦੇ ਗਏ, ਅਸੀਂ ਨੋਟ ਕਰਦੇ ਗਏ ਉਹਨਾਂ ਨੂੰ। ਅਤੇ ਜਦੋਂ ਗਾਂਧੀ 2 ਕੀਤੀ ਤਾਂ ਬਹੁਤ ਸਾਰੀਆਂ ਗੱਲਾਂ ਅਸੀਂ ਸਕਿੱਪ ਕਰਤੀਆਂ ਕਿ ਫਿਲਮ ਦੀ ਲੈਂਥ ਵਧੂਗੀ, ਸੋ ਜਿੰਨਾ ਕੁ ਸਾਨੂੰ ਲੱਗਦਾ ਉਨਾ ਕੁ ਆਪਾਂ ਬਣਾਉਂਦੇ ਹਾਂ। ਤਾਂ ਫਿਰ ਉਹ ਕਹਾਣੀਆਂ ਜਿਹੜੀਆਂ ਹੈਗੀਆਂ ਨੇ ਉਹਦੇ, ਜਾਂ ਜਿਹੜੀਆਂ ਉਹਦੀਆਂ ਉਹ ਗੱਲਾਂ ਹੈਗੀਆਂ ਨੇ, ਉਹ ਅਸੀਂ ਇਸ ਫਿਲਮ ਦੇ ਵਿੱਚ ਰੱਖੀਆਂ ਨੇ। ਤੁਹਾਨੂੰ ਪਤਾ ਕਿ ਫਿਲਮ ਨੂੰ ਇੰਟਰਟੇਨਿੰਗ ਬਣਾਉਣ ਲਈ ਥੋੜ੍ਹਾ ਫਿਕਸ਼ਨਲ ਤਾਂ ਕਰਨਾ ਪੈਂਦਾ, ਤਾਂ ਕਿ ਲੋਕਾਂ ਦਾ ਆਡੀਅੰਸ ਦਾ ਖਿਆਲ ਰੱਖਣਾ ਪੈਂਦਾ, ਹੈ ਨਾ। ਸੋ ਇੱਦਾਂ ਦੀ ਫਿਲਮ ਆ। ਬਾਕੀ ਤੁਸੀਂ ਟ੍ਰੇਲਰ, ਇੱਕ ਐਕਸ਼ਨ ਜੋਨਰ ਹੈਗਾ ਮੇਰਾ, ਐਕਸ਼ਨ ਲੋਕ ਮੇਰਾ ਐਗਰੈਸ਼ਨ ਪਸੰਦ ਕਰਦੇ ਆ, ਉਹ ਲੋਕਾਂ ਨੂੰ ਪਸੰਦ ਆਇਆ ਟ੍ਰੇਲਰ ਤੋਂ। ਮੂੰਹ 'ਤੇ ਕਦੇ ਕੋਈ ਮਾੜਾ ਨਹੀਂ ਕਹਿੰਦਾ ਹੁੰਦਾ, ਸਾਰੇ ਕਹਿੰਦੇ ਨੇ ਬਹੁਤ ਵਧੀਆ, ਬਹੁਤ ਅੱਛਾ, ਬਹੁਤ ਅੱਛਾ। ਤਾਂ ਮੇਰਾ ਮੈਮ ਅਦਿਤੀ ਦੇ ਕੁਐਸਚਨ ਮੈਮ ਤੁਹਾਡੇ ਤੋਂ ਹੈ ਕਿ ਤੁਹਾਡਾ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਾਨੂੰ ਬਹੁਤ ਬਹੁਤ ਵਧੀਆ ਲੱਗ ਰਿਹਾ ਤੁਸੀਂ ਸਾਰੇ ਇੱਥੇ ਆਏ ਹੋ। ਹਾਂਜੀ, ਸੋ ਤੁਸੀਂ ਇਸ ਮੂਵੀ ਦਾ ਪਾਰਟ ਬਣੇ ਹੋ, ਰਾਈਟ? ਅਤੇ ਟ੍ਰੇਲਰ ਤੋਂ ਬਾਅਦ ਤੁਹਾਨੂੰ ਕੀ ਰਿਐਕਸ਼ਨ ਮਿਲ ਰਿਹਾ ਫੈਨਸ ਵੱਲੋਂ? ਐਕਚੁਅਲੀ ਮੈਂ ਕਦੇ ਇਹੋ ਜਿਹੀ ਮੂਵੀ ਕੀਤੀ ਨਹੀਂ ਸੀਗੀ ਜਿਹਦੇ ਵਿੱਚ ਮੈਂ ਬਹੁਤ ਹੀ ਬਿਨਾਂ ਮੇਕਅਪ ਤੋਂ ਆਵਾਂ, ਜਾਂ ਫਿਰ ਵੇਟ ਪੁੱਟ ਔਨ ਕਰਾਂ, ਜਾਂ ਫਿਰ ਬਿਲਕੁਲ ਸਿੰਪਲ ਲੱਗਾਂ, ਕਿਉਂਕਿ ਆਪਾਂ ਐਕਟ੍ਰੈਸਿਸ ਨੂੰ ਦਿਖਾਉਂਦੇ ਹਾਂ ਕਿ ਬੜਾ ਹੀ ਬਿਊਟੀਫੁਲ ਕੁਐਸਚਨ ਹੁੰਦਾ, ਆਉਂਦੀ ਹੈ ਚੁੰਨੀ ਲਹਿਰਾਉਂਦੀ ਆ, ਯੂ ਨੋ, ਹੱਸਦੀ ਹੈ, ਖੇਲਦੀ ਹੈ ਅਤੇ ਚਲੀ ਜਾਂਦੀ ਆ। ਅਤੇ ਬਹੁਤ ਅਲੱਗ ਅਤੇ ਬਹੁਤ ਹੀ ਯੂਨੀਕ ਰਿਐਕਸ਼ਨ ਮਿਲ ਰਿਹਾ, ਕਿਉਂਕਿ ਉਹ ਮੇਰੇ ਤੋਂ ਇਹ ਐਕਸਪੈਕਟ ਨਹੀਂ ਸੀ ਕਰ ਰਹੇ ਕਿ ਮੈਂ ਇੰਨਾ ਸੀਰੀਅਸ ਅਤੇ ਇੰਨਾ ਇਮੋਸ਼ਨਲ ਰੋਲ ਵੀ ਕਰ ਸਕਦੀ ਹਾਂ। ਬਿਲਕੁਲ, ਯੈਸ। ਤਾਂ ਵਨ ਬਾਈ ਵਨ ਲਵਦੀਪ ਸਰ, ਤੁਹਾਡੇ ਤੋਂ ਹੀ ਕੁਐਸਚਨ ਇਹ ਹੈ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਫੈਨਸ ਨੂੰ ਇਸ ਮੂਵੀ ਦੇ ਰਿਗਾਰਡਿੰਗ? ਮੈਂ ਤਾਂ ਇਹੀ ਕਹੂੰਗਾ ਜੀ ਕਿ 30 ਤਰੀਕ ਨੂੰ ਜਿਵੇਂ ਦੇਵਵੀਰ ਨੇ ਕਿਹਾ ਪੇਪਰ ਦੇ ਦਿੱਤਾ ਸੀ, ਰਿਜ਼ਲਟ ਹੁਣ ਤੁਹਾਡੇ ਹੱਥ ਹੈ। ਜਿਵੇਂ ਤੁਸੀਂ ਸਾਡੀ ਗਾਂਧੀ 1 ਨੂੰ ਪਿਆਰ ਦਿੱਤਾ, 2 ਨੂੰ ਦਿੱਤਾ, ਇਸੇ ਤਰ੍ਹਾਂ ਸਾਡੀ ਗਾਂਧੀ 3 ਨੂੰ ਵੀ 3 ਗੁਣਾ ਵੱਧ ਪਿਆਰ ਦਿਓ, ਤਾਂ ਕਿ ਅਸੀਂ ਅਗਲੀ ਸੀਰੀਜ਼ ਇਹਦੀ ਹੋਰ ਲੈ ਕੇ ਆਈਏ। ਯੈਸ, ਓਵਰ ਟੂ ਸਰ ਯੂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਪਹਿਲੀ ਮੂਵੀ ਨੂੰ ਬਹੁਤ ਪਿਆਰ ਦਿੱਤਾ ਨਾ ਜੀ, ਦੂਜੀ ਮੂਵੀ ਨੂੰ, ਹੈ ਨਾ। ਸੋ ਫਿਲਮ ਬਹੁਤ ਵਧੀਆ ਬਣੀ ਆ ਵੀਰੇ, ਐਕਸ਼ਨ ਇਹਦੇ ਵਿੱਚ ਐਤਕੀ ਸਾਰਿਆਂ ਨਾਲੋਂ ਡਿਫਰੈਂਟ ਆ, ਤਿੰਨਾਂ ਜਿਹੜਾ ਤੀਜੀ ਮੂਵੀ 'ਚ ਹੈ, ਬਹੁਤ ਸੋਹਣਾ, ਹੈ ਨਾ। ਅਤੇ ਸਾਡਾ ਜਿਹੜਾ ਇੱਕ ਯਾਰੀ ਦੋਸਤੀ ਦਾ ਇੱਕ ਦਿਖਾਇਆ ਗਿਆ, ਹੈ ਨਾ, ਉਹ ਇਹਦੇ ਵਿੱਚ ਹੋਰ ਉੱਭਰ ਕੇ ਆ ਰਿਹਾ ਹੈਗਾ, ਠੀਕ ਹੈ, ਵੀ ਕਿੱਦਾਂ ਅਸੀਂ ਬਿਨਾਂ ਇੱਕ ਤਾਂ ਇੱਕ ਵੀ ਛੋਟੀ ਜਿਹੀ ਚੀਜ਼ ਪਿੱਛੇ ਇੱਕ ਦੂਜੇ ਦਾ ਕਿੰਨਾ ਉਹ ਕਰਦੇ ਹਾਂ, ਖਿਆਲ ਰੱਖਦੇ, ਹੈ ਨਾ, ਯਾਰੀ ਦੀ ਡੈਫੀਨੇਸ਼ਨ। ਹਾਂਜੀ, ਬਹੁਤ ਵਧੀਆ ਦੇਖਣ ਨੂੰ ਮਿਲੂਗੀ। ਸੋ 30 ਅਗਸਤ ਨੂੰ ਵੀਰੇ ਜ਼ਰੂਰ ਪਹੁੰਚਿਓ। ਯੈਸ, ਓਵਰ ਟੂ ਸਰ। ਮੇਰੇ ਖਿਆਲ ਸਾਰਾ ਕੁਛ ਕਹਿ ਦਿੱਤਾ ਦੇਵ ਬਾਈ ਨੇ, ਬਹੁਤ ਚੰਗੀ ਤਰ੍ਹਾਂ ਐਕਸਪਲੇਨ ਕਰਤਾ ਨਵਦੀਪ ਬਾਈ ਨੇ, ਕਹਿ ਦਿੱਤਾ ਕਿ 3 ਗੁਣਾ ਪਿਆਰ ਦਿਓ। ਮੈਂ ਸਿਰਫ ਮੇਰਾ ਐਕਸਪੀਰੀਅੰਸ ਦੱਸ ਸਕਦਾ ਕਿ ਮੈਂ ਪਹਿਲੀ ਵਾਰ ਇਸ ਫਿਲਮ ਨਾਲ ਜੁੜਿਆ, ਅਤੇ ਪਹਿਲੀ ਵਾਰ ਜਦੋਂ ਇਸ ਫਿਲਮ ਦੇ ਪ੍ਰਮੋਸ਼ਨਸ 'ਤੇ ਜਾਣ ਦਾ ਮੈਨੂੰ ਮੌਕਾ ਮਿਲਿਆ ਦੇਵ ਬਾਈ ਨਾਲ। ਮੈਂ ਕੱਲ੍ਹ ਵੀ ਗੱਲ ਕਿਸੇ ਨੂੰ ਕਹਿ ਰਿਹਾ ਸੀ, ਮੈਂ ਜਦੋਂ ਅਸੀਂ ਕਿਸੇ ਨੂੰ ਕਹਿ ਰਹੇ ਹੋਈਏ ਨਾ ਕਿ ਯਾਰ ਇੱਕ ਬੰਦਾ ਐਕਸਪੀਰੀਅੰਸ ਦੱਸ ਰਿਹਾ ਹੋਵੇ ਕਿ ਯਾਰ ਜਦੋਂ ਮੈਂ ਪੈਰਾਸ਼ੂਟ ਤੋਂ ਛਾਲ ਮਾਰੀ, ਇੱਦਾਂ ਦਾ ਮਾਹੌਲ ਸੀ, ਇੱਦਾਂ ਦਾ ਮਾਹੌਲ ਸੀ, ਆਹ ਚੀਜ਼ਾਂ ਸੀ, ਆਹ ਚੀਜ਼ਾਂ ਸੀ, ਫਿਰ ਜਦੋਂ ਸੁਣਨ ਦਾ ਅਲੱਗ ਮਜ਼ਾ ਹੁੰਦਾ, ਫਸਟ ਹੈਂਡ ਐਕਸਪੀਰੀਅੰਸ ਕਰਨ ਦਾ ਅਲੱਗ ਮਜ਼ਾ ਹੁੰਦਾ। ਜਦੋਂ ਖੁਦ ਪੈਰਾਸ਼ੂਟ ਨਾਲ ਛਾਲ ਮਾਰ ਕੇ ਐਕਸਪੀਰੀਅੰਸ ਕਰੋ, ਉਹ ਥ੍ਰਿਲ, ਉਹ ਸਾਰੀਆਂ ਚੀਜ਼ਾਂ ਅਲੱਗ ਹੁੰਦੀਆਂ ਨੇ। ਮੈਂ ਗਾਂਧੀ ਦੀ ਫੈਨ ਫੋਲੋਇੰਗ ਬਾਰੇ, ਇਹ ਸਾਰੀਆਂ ਚੀਜ਼ਾਂ ਬਾਰੇ ਸੁਣਿਆ ਸੀ,
ਵੀ ਪ੍ਰਮੋਸ਼ਨ 'ਤੇ ਇੱਦਾਂ ਹੁੰਦਾ ਜਾਂ ਗਾਂਧੀ ਦੀ ਫੈਨ ਫੋਲੋਇੰਗ ਇੱਦਾਂ ਹੁੰਦੀ ਆ, ਬਟ ਜਦੋਂ ਮੈਂ ਖੁਦ ਗਿਆ ਫਸਟ ਹੈਂਡ ਉੱਥੇ ਐਕਸਪੀਰੀਅੰਸ ਕੀਤਾ, ਗਾਂਧੀ ਬਾਈ ਜਿੰਦਾਬਾਦ, ਗਾਂਧੀ ਬਾਈ ਜਿੰਦਾਬਾਦ ਉੱਥੇ ਮੈਂ ਸੁਣਿਆ, ਮੈਂ ਦੇਖਿਆ ਕਿ ਗਾਂਧੀ ਦੇ ਫੈਨ ਨਹੀਂ ਸ਼ਾਇਦ ਗਾਂਧੀ ਦੇ ਭਰਾ ਨੇ ਇਹ ਸਾਰੇ, ਸੋ ਦੇ ਫੀਲ ਲਾਈਕ ਦੈਟ ਜਿਵੇਂ ਦੇਵ ਬਾਈ ਨੂੰ ਉਹ ਪਿਆਰ ਦਿੰਦੇ ਨੇ ਐਜ਼ ਗਾਂਧੀ, ਇਟਸ ਸੋ ਅਮੇਜ਼ਿੰਗ ਅਤੇ ਆਈ ਫੀਲ ਸੋ ਥ੍ਰਿਲਡ ਐਂਡ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ, ਫੀਲ ਸੋ ਲੱਕੀ ਕਿ ਮੈਂ ਇਸ ਫਿਲਮ ਦਾ ਪਾਰਟ ਬਣਿਆ ਐਂਡ ਐਕਸਾਈਟਡ ਟੂ। ਥੈਂਕ ਯੂ। ਯੈਸ, ਥੈਂਕ ਯੂ ਸੋ ਮਚ ਸਰ। ਤਾਂ ਸਰ ਰਾਜੇ ਸਰ ਤੁਹਾਡੇ ਤੋਂ ਕੁਐਸਚਨ। ਯੈਸ ਹਾਂਜੀ, ਪਹਿਲਾਂ ਤਾਂ ਸਭ ਨੂੰ ਸਤਿ ਸ਼੍ਰੀ ਅਕਾਲ ਜੀ, ਡ੍ਰੀਮ ਰਿਐਲਿਟੀ ਮੂਵੀ ਵੱਲੋਂ ਜੀ ਆਇਆਂ ਕਹਿੰਦੇ ਤੁਹਾਨੂੰ। ਸਾਡੀ ਇਹ 7ਵੀਂ ਮੂਵੀ ਹੈ ਔਰ ਸਾਡੀ ਇਹ ਹਿੱਟ ਸੀ, ਅਸੀਂ ਚਾਹੁੰਦੇ ਹਾਂ ਉਹ ਜੁੜੇ ਵੀ ਰਹਿਣ ਅੱਗੇ। ਅਸੀਂ ਕਿਸੇ ਨੂੰ ਐਗਜ਼ੈਕਟ ਨਹੀਂ ਕਰਦੇ ਪਰ ਲੋਕ ਕਰ ਜਾਂਦੇ ਆ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਇੱਕ ਨਾਮ ਵਾਰ ਵਾਰ ਸਾਡੇ ਕੋਲ ਆ ਰਿਹਾ, ਅਸੀਂ ਉਹਨਾਂ ਨੂੰ ਨਹੀਂ ਕਿਹਾ ਵੀ ਤੁਸੀਂ ਜਾਓ, ਉਹ ਆਪਣੀ ਮਰਜ਼ੀ ਨਾਲ ਗਏ ਆ। ਮੇਰੇ ਨਾਲ ਖੁਦ ਦੋ ਤਿੰਨ ਮੀਟਿੰਗਾਂ ਹੋਈਆਂ ਵਾਂ, ਸਾਡੀ ਟੀਮ ਨਾਲ ਮੀਟਿੰਗਾਂ ਹੋਈਆਂ, ਬਟ ਉਹ ਆਪਦੀ ਮਰਜ਼ੀ ਨਾਲ ਚਲੇ ਗਏ, ਅਸੀਂ ਕੁਛ ਨਹੀਂ ਕਰ ਸਕਦੇ ਉਸ ਗੱਲ 'ਚ, ਕਿਉਂਕਿ ਕਿਸੇ ਨੂੰ ਜ਼ਬਰਦਸਤੀ ਤਾਂ ਕੰਮ ਕਰਾ ਨਹੀਂ ਸਕਦੇ ਆਪਾਂ। ਇਸ ਫਿਲਮ ਦੇ ਵਿੱਚ ਜਿਵੇਂ ਸਾਡਾ ਪਹਿਲਾ ਰਿਕਾਰਡ ਰਿਹਾ 6 ਫਿਲਮਾਂ ਦਾ, ਸੇਮ ਹੈ, ਬਹੁਤ ਵਧੀਆ ਐਕਸ਼ਨ ਦੇ ਰਹੇ ਹਾਂ, ਦੇਵ ਭਾਜੀ ਨੇ ਬਹੁਤ ਵਧੀਆ ਕੰਮ ਕੀਤਾ, ਬਾਕੀ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ, ਮਜ਼ਾ ਆਏਗਾ ਐਤਕੀ ਐਕਸ਼ਨ ਦੇਖ ਕੇ ਤੁਹਾਨੂੰ, ਦੇਵ ਭਾਜੀ ਨੇ ਬਹੁਤ ਵਧੀਆ ਐਕਸ਼ਨ ਕੀਤਾ। ਬਾਕੀ ਤੁਸੀਂ ਦੱਸਣਾ ਵੀ ਕੀ ਬਣਦਾ। ਥੈਂਕ ਯੂ ਭਾਜੀ। ਯੈਸ, ਓਵਰ ਟੂ ਮਨੀਸ਼ ਸਰ। ਵੈਲਕਮ ਜੀ ਸਾਰਿਆਂ ਨੂੰ ਟੀਮ ਗਾਂਧੀ 3 ਵੱਲੋਂ। ਸੋ ਗਾਂਧੀ ਲਈ, ਮੈਨੂੰ ਗਾਂਧੀ ਸੀਰੀਜ਼ ਲਈ ਮਤਲਬ ਮੈਂ 2-3 ਗੱਲਾਂ ਜ਼ਰੂਰ ਮੀਡੀਆ ਨਾਲ ਸ਼ੇਅਰ ਕਰਨੀਆਂ ਚਾਹਾਂਗਾ। ਸੋ ਜਦੋਂ ਗਾਂਧੀ 1 ਆਈ, ਸੋ ਗਾਂਧੀ 1 ਉਸ ਟਾਈਮ ਦੇ ਉੱਤੇ ਇੱਕ ਬਹੁਤ ਇੱਦਾਂ ਦਾ ਪ੍ਰੋਜੈਕਟ ਸੀਗਾ ਜਦੋਂ ਸਿਨੇਮਾ ਕੁਛ ਹੋਰ ਡਿਫਰੈਂਟ ਤਰੀਕੇ ਦਾ ਚੱਲ ਰਿਹਾ ਸੀਗਾ, ਅਤੇ ਗਾਂਧੀ ਫਿਲਮ ਨੂੰ ਲੈ ਕੇ ਉਸ ਟਾਈਮ 'ਤੇ ਇੱਕ ਫਿਲਮ ਬਣਾਉਣਾ, ਪਹਿਲੇ ਫਿਲਮ ਮੇਕਰਸ ਦੀ ਡੇਅਰਿੰਗ ਸੀ, ਦੇਵ ਭਾਜੀ ਦਾ ਇਸ ਫਿਲਮ ਨੂੰ ਐਜ਼ ਏ ਮੇਨ ਲੀਡ ਉਸ ਕਰੈਕਟਰ ਨੂੰ ਐਕਸੈਪਟ ਕਰਨਾ ਬਹੁਤ ਵੱਡਾ ਚੈਲੇਂਜ ਸੀ। ਬਟ ਅਗੇਨ ਆਲ ਔਡਸ ਇਹ ਫਿਲਮ ਨੇ ਇੱਕ ਨਵਾਂ ਮੀਲ ਪੱਥਰ ਸਾਬਿਤ ਕੀਤਾ। ਈਵਨ ਮੈਂ ਇਹ ਕਹੂੰਗਾ ਕਿ ਪੰਜਾਬੀ ਸਿਨੇਮੇ 'ਚ ਇੱਕ ਉਹ ਚੀਜ਼ ਅਸੀਂ ਇਸਟੈਬਲਿਸ਼ ਕੀਤੀ, ਜਦੋਂ ਆਹ ਬਹੁਤ ਕੰਪਲੇਂਟ ਸੀਗੀ ਕਿ ਯਾਰ ਪੰਜਾਬੀ ਸਾਰੇ ਸਿਰਫ ਸਿੰਗਰਸ ਚੱਲਦੇ ਨੇ, ਸੋ ਇੱਕ ਨੌਨ ਸਿੰਗਰ ਫਿਲਮ ਅਸੀਂ ਸਾਰਿਆਂ ਨਾਲ ਮਿਲ ਕੇ ਮਿਹਨਤ ਕਰਕੇ ਲਿਆਉਂਦੀ, ਔਰ ਇੱਕ ਨਵਾਂ ਐਕਸ਼ਨ ਸੁਪਰ ਸਟਾਰ ਅਸੀਂ ਇੰਡਸਟਰੀ ਨੂੰ ਦਿੱਤਾ ਦੇਵ ਭਾਜੀ ਦੇ ਰੂਪ 'ਚ। ਬਹੁਤ ਸਾਰੀਆਂ ਚੀਜ਼ਾਂ ਉਸ ਫਿਲਮ ਨਾਲ ਇਸਟੈਬਲਿਸ਼ ਹੋਈਆਂ, ਬਹੁਤ ਸਾਰੀਆਂ ਚੀਜ਼ਾਂ ਮੈਨੂੰ ਲੱਗਦਾ ਕਿ ਜਦੋਂ ਅਸੀਂ ਸਾਰੇ ਇੰਨਾ ਕਦੀ ਪ੍ਰੈਸ ਕਾਨਫਰੰਸ 'ਚ ਇਕੱਠੇ ਨਹੀਂ ਸੀ ਹੁੰਦੇ, ਇੰਨੀਆਂ ਮੀਟਿੰਗਸ ਨਹੀਂ ਸੀ ਹੁੰਦੀਆਂ, ਸੋ ਇਹ ਬਹੁਤ ਸਾਰੀਆਂ ਇੱਦਾਂ ਦੀਆਂ ਫਿਲਮ ਸੀਗੀਆਂ ਜੀ ਜਿਹਦੇ 'ਚ ਜਦੋਂ 4 ਬੰਦੇ ਮੀਡੀਆ ਦੇ ਸੀਗੇ, ਅੱਜ ਉਹ 40 ਬੰਦੇ ਮੀਡੀਆ ਦੇ, ਅੱਜ ਇੱਕ ਪ੍ਰੈਸ ਕਾਨਫਰੰਸ ਆਉਣ ਲੱਗ ਪਏ। ਸੋ ਇਹ ਬਹੁਤ ਸਾਰੀਆਂ ਚੀਜ਼ਾਂ ਇਸ ਫਿਲਮ ਦੀ ਇੰਡਸਟਰੀ ਨੂੰ ਦੇਣ ਨੇ। ਸੋ ਮੈਨੂੰ ਲੱਗਦਾ ਕਿ ਫਿਲਮ 30 ਅਗਸਤ ਨੂੰ ਵਰਲਡ ਵਾਈਡ ਰਿਲੀਜ਼ ਹੋ ਰਹੀ ਹੈ ਜੀ, ਸੋ ਬਹੁਤ ਦਿਲ ਨਾਲ ਸਪੋਰਟ ਕਰਨਾ ਫਿਲਮ ਦੀ, ਔਰ ਫਿਲਮ ਪਲੀਜ਼ ਅਸੀਂ ਪ੍ਰੀਮੀਅਰ ਵੀ ਕਰਾਂਗੇ ਜੀ, ਔਰ ਫਿਲਮ ਜਦੋਂ ਤੁਸੀਂ ਸਾਰੇ ਦੇਖੋ ਤਾਂ ਬਹੁਤ ਜੈਨੂਇਨ ਰਿਵਿਊਜ਼ ਦੀ ਤੁਹਾਡੇ ਤੋਂ ਅਸੀਂ ਵੇਟ ਕਰਾਂਗੇ ਸਾਰੀ ਟੀਮ। ਸੋ ਪਲੀਜ਼ 30 ਅਗਸਤ ਨੂੰ ਅਸੀਂ ਫਿਲਮ ਬਣਾਤੀ ਹੈ ਜੀ, ਇਸ ਨਾਓ ਇਟ ਇਜ਼ ਯੂਅਰ ਰਿਸਪੋਂਸੀਬਿਲਿਟੀ, ਯੂਅਰ ਡਿਊਟੀ ਕਿ ਸਾਡਾ ਮੈਸੇਜ ਜਿਹੜਾ ਉਹ ਆਡੀਅੰਸ ਅਤੇ ਜਨਤਾ ਤੱਕ ਪਹੁੰਚਾਓ। ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ ਸਰ। ਸੋ ਮਾਈ ਕੁਐਸਚਨ ਇਜ਼ ਫਰੋਮ ਅੰਕਿਤਾ। ਤੁਸੀਂ ਟੈਲੀਵਿਜ਼ਨ ਤੋਂ ਹੁਣ ਇੱਥੇ ਇਸ ਮੂਵੀਜ਼ ਦੇ ਵਿੱਚ ਪਾਰਟ ਬਣ ਰਹੇ ਹੋ, ਬਹੁਤ ਵੱਡੀ ਗੱਲ ਹੈ, ਤਾਂ ਤੁਸੀਂ ਕਿੰਨਾ ਕੁ ਬਲੈਸ ਫੀਲ ਕਰ ਰਹੇ ਹੋ ਇਸ ਟਾਈਮ ਰਾਈਟ ਨਾਓ ਇੱਥੇ ਬਹਿ ਕੇ ਅਤੇ ਇਸ ਮੂਵੀ ਦਾ ਪਾਰਟ ਬਣ ਕੇ? ਪਹਿਲੀ ਗੱਲ ਤਾਂ ਮੈਂ ਮੈਡੀਕਲ ਸਟੂਡੈਂਟ ਸੀ, ਮੂਵੀਜ਼ ਵੇਖਦੇ ਨਹੀਂ ਹੁੰਦੇ ਸੀ, ਹੈ ਨਾ, ਮੂਵੀ ਵੇਖਦੇ ਨਹੀਂ ਹੁੰਦੇ ਸੀ। ਮੈਂ ਬੀਂਗ ਅ ਪਰਸਨ, ਇੱਕ ਮੈਡੀਕਲ ਸਟੂਡੈਂਟ ਹੋਣ ਤੋਂ ਬਾਅਦ ਪੰਜਾਬੀ ਫਿਲਮਸ ਦੇਖਣੀਆਂ ਸ਼ੁਰੂ ਕੀਤੀਆਂ ਦੇਵ ਸਰ ਦੇ ਕਰਕੇ। ਇੱਕ ਮੇਰੇ ਲਈ ਫੈਨ ਮੂਮੈਂਟ ਵੀ ਹੈ ਐਂਡ ਆਈ ਐਮ ਫੀਲਿੰਗ ਸੋ ਬਲੈਸਡ ਕਿ ਉਹਨਾਂ ਨਾਲ ਸਕਰੀਨ ਸ਼ੇਅਰ ਕਰਨ ਦਾ ਮੈਨੂੰ ਮੌਕਾ ਮਿਲਿਆ, ਅਤੇ ਬਸ ਬਲੈਸਡ ਫੀਲ ਕਰਦੀ ਹਾਂ ਬਹੁਤ ਜ਼ਿਆਦਾ। ਮਨਦੀਪ ਸਰ ਦਾ ਥੈਂਕ ਯੂ ਕਰਦੀ ਹਾਂ, ਉਹਨਾਂ ਨੇ ਮੈਨੂੰ ਇਹ ਮੌਕਾ ਦਿੱਤਾ। ਥੈਂਕ ਯੂ ਸੋ ਮਚ। ਸੋ ਨਾਓ ਇਟਸ ਓਵਰ ਟੂ ਮੀਡੀਆ। ਸੋ ਯੈਸ ਬਾਈ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਦੇਵ ਵੀਰੇ, ਜਿੱਦਾਂ ਨਾ ਤੁਸੀਂ ਜ਼ਿਕਰ ਕੀਤਾ ਕਿ
ਗਾਂਧੀ ਉਹ ਕਹਾਣੀ ਆ ਹੈ ਨਾ, ਤੁਸੀਂ ਜਿੱਦਾਂ ਪਹਿਲਾਂ ਦੱਸ ਰਹੇ ਸੀਗੇ ਕਿ ਬੰਦਾ ਚਾਹੇ ਨਹੀਂ ਰਹਿੰਦਾ ਅਤੇ ਉਹਦੀ ਕਹਾਣੀ ਚੱਲਦੀ ਰਹਿੰਦੀ ਆ ਹੈ ਨਾ, ਅਤੇ ਮੇ ਬੀ ਜਿੰਨਾ ਕੁ ਅਸੀਂ ਪੜ੍ਹਿਆ ਕਿ ਗਾਂਧੀ ਦੀ ਆਪਣੀ ਲੜਾਈ ਕੋਈ ਨਹੀਂ ਸੀ ਦੂਜਿਆਂ ਲਈ ਲੜਦਾ ਸੀਗਾ ਹੈ ਨਾ, ਕਿ ਇਹ ਦਿਖਾਉਣਾ ਜ਼ਰੂਰੀ ਹੁੰਦਾ ਹੈ ਨਾ ਕਿ ਜਦੋਂ ਇੱਕ ਬੰਦਾ ਨਹੀਂ ਰਹਿੰਦਾ ਉਹਦਾ ਪਰਿਵਾਰ ਕੀ ਸਫ਼ਰ ਕਰਦਾ, ਉਹ ਵੀ ਅਸੀਂ ਫਿਲਮ 'ਚ ਵਿਖਾ ਸਕਦੇ ਹਾਂ ਕਿ ਉਹਦੇ ਪਰਿਵਾਰ ਨੇ ਇਸ ਤੋਂ ਬਾਅਦ ਕੀ ਸਫ਼ਰ ਕੀਤਾ, ਬੰਦਾ ਨਹੀਂ ਰਿਹਾ ਉਹਦੇ ਪਰਿਵਾਰ 'ਤੇ ਬਹੁਤ ਚੀਜ਼ਾਂ ਬੀਤਦੀਆਂ ਨੇ। ਮੈਨੂੰ ਲੱਗਦਾ ਆਡੀਅੰਸ ਕੀ ਦੇਖਣਾ ਚਾਹੁੰਦੀ ਹੈ ਇਹ ਜ਼ਿਆਦਾ ਮੈਟਰ ਕਰਦਾ, ਆਡੀਅੰਸ ਕੀ ਦੇਖਣਾ ਚਾਹੁੰਦੀ ਹੈ, ਕਿਉਂਕਿ ਅਸੀਂ ਪਰਿਵਾਰ ਦੀ ਜਿਹੜੀ ਕਹਾਣੀ ਆ ਉਹ 2 ਦੇ ਵਿੱਚ ਦਿਖਾ ਚੁੱਕੇ ਹਾਂ, ਭਤੀਜੇ ਤੋਂ ਲਾ ਕੇ ਭਾਬੀ, ਘਰ ਦਾ ਹਾਲਾਤ, ਹਰ ਵਾਰ ਆਡੀਅੰਸ ਨੂੰ ਤੁਹਾਨੂੰ ਨਵਾਂ ਕੁਝ ਦੇਣਾ ਪੈਂਦਾ, ਤੁਸੀਂ ਸੇਮ ਚੀਜ਼ਾਂ ਨਹੀਂ ਦਿਖਾ ਸਕਦੇ। ਬਾਕੀ ਉਹ ਇੱਕ ਚੰਗੇ ਪਰਿਵਾਰ ਦਾ ਮੁੰਡਾ ਸੀਗਾ, 50-60 ਕਿੱਲਿਆਂ ਵਾਲਾ ਪਰਿਵਾਰ ਸੀਗਾ, ਅਤੇ ਉਹ ਲੋਕਾਂ ਦਾ ਭਲਾ ਕਰਦਾ ਕਰਦਾ ਹੀ ਦੁਨੀਆ ਤੋਂ ਚਲਾ ਗਿਆ, ਉਹਦੀ ਆਪਣੀ ਕੋਈ ਲੜਾਈ ਨਹੀਂ ਸੀ, ਉਹਦੀਆਂ ਸਾਰੀਆਂ ਦੁਸ਼ਮਣੀਆਂ ਲੋਕਾਂ ਲਈ ਹੋਈਆਂ, ਲੋਕਾਂ ਲਈ ਖੜਿਆ, ਲੋਕਾਂ ਲਈ ਅੜਿਆ। ਜਿਵੇਂ ਯਾਰੀ ਦੀ ਐਗਜ਼ਾਮਪਲ ਅਸੀਂ ਲਾਈ ਆ, ਗਾਂਧੀ ਯਾਰਾਂ ਦਾ ਯਾਰ, ਇਹ ਤੋਂ ਪਹਿਲਾਂ ਜਿਹੜੀ ਆਈ ਸੀ ਉਹ ਰੋਬਿਨ ਹੁੱਡ ਸੀ, ਉਹਦੇ ਉਹ ਕੰਮ ਦਿਖਾਏ ਗਏ ਜਿਹੜੇ ਉਹਨੇ ਉਹ ਧੀਆਂ ਭੈਣਾਂ ਜਿਹੜੀਆਂ ਛੱਡੀਆਂ ਹੋਈਆਂ ਸੀ ਉਹ ਵਸਾਈਆਂ। ਇਹਦੇ ਵਿੱਚ ਦਿਖਾਇਆ ਕਿ ਯਾਰੀ ਲਈ ਜਿਹਨੂੰ ਇੱਕ ਵਾਰੀ ਯਾਰ ਕਹਿਤਾ, ਉਹਦੀ ਜਿੱਡੀ ਮਰਜ਼ੀ ਵੱਡੀ ਲੜਾਈ ਹੈ ਚਾਹੇ ਜਾਨ ਜਾਵੇ, ਜਿਵੇਂ ਉਹਦੇ ਵਿੱਚ ਤੁਸੀਂ ਡਾਇਲੋਗਸ ਦੇ ਵਿੱਚ ਉਹ ਚੀਜ਼ਾਂ ਕਲੀਅਰ ਹੋ ਰਹੀਆਂ ਨੇ ਕਿ ਇਹ ਲੱਕੀ ਦਾ ਡਾਇਲੋਗ ਆ, ਕਹਿੰਦਾ ਫਿਰ ਦੱਸੋ ਕੀ ਕਰਨਾ, ਕਹਿੰਦੇ ਤੇਰੇ ਨਾਲ ਹੀ ਆ ਜਿੱਥੇ ਲੈ ਕੇ ਚੱਲਣਾ ਚੱਲ। ਇੱਕ ਜੇ ਉਹ ਕਿਸੇ ਦਾ ਜੇ ਕਿਸੇ ਨੂੰ ਯਾਰ ਕਹਿ ਤਾ ਉਹਦੀ ਮੁਸੀਬਤ ਦੇ ਵਿੱਚ ਉਹਦਾ ਸਾਥ ਲਈ ਖੜ ਗਿਆ ਤਾਂ ਬਾਕੀ ਕਹਿੰਦੇ ਸੀ ਲੈ ਇੱਕ ਪਰਚਾ ਹੋਰ ਤਿਆਰ ਹੈ, ਪਰ ਉਹ ਪਰਚੇ ਪਵਾਉਂਦੇ ਸੀ, ਖੜ੍ਹਦੇ ਸੀ ਉਹਦੇ ਨਾਲ। ਇਹ ਬਹੁਤ ਵੱਡੀ ਇੱਕ ਇਗਜ਼ਾਮਪਲ ਹੈ। ਔਰ ਬਾਕੀ ਰਹੀ ਗੱਲ ਜਿਹੜੀ ਤੁਸੀਂ ਗੱਲ ਕੀਤੀ ਹੈ ਹੁਣ ਪਰਿਵਾਰ ਸਫ਼ਰ ਕਰਨ ਦੀ, ਇਹ ਤੁਸੀਂ ਰੀਅਲ ਲਾਈਫ 'ਚ ਕੀਤੀ ਹੈ ਜਾਂ ਰੀਅਲ ਲਾਈਫ 'ਚ ਕੀਤੀ ਹੈ, ਕਿੱਥੇ ਦਿਖਾਈ ਇਹ ਚੀਜ਼? ਬਿਲਕੁਲ, ਥੈਂਕ ਯੂ ਜੀ। ਜੀ, ਸਤਿ ਸ਼੍ਰੀ ਅਕਾਲ ਸਾਰੀ ਟੀਮ ਨੂੰ। ਇਹ ਮੈਨੂੰ ਹਾਲੇ ਥੋੜ੍ਹਾ ਕਲੀਅਰ ਨਹੀਂ ਹੋਇਆ, ਰੀਅਲ ਜੋ ਤਾਂ ਪੁੱਛਦਾ ਵੀ ਕੀ ਆਪਾਂ ਮਤਲਬ ਇਹ ਚੀਜ਼ਾਂ ਵਿਖਾਉਣੀ ਚਾਹੀਦੀ, ਪਰਿਵਾਰ ਵੀ ਪਿੱਛੇ ਕੀ? ਪਰਿਵਾਰ ਮੈਨੂੰ ਲੱਗਦਾ ਪਰਿਵਾਰ ਓਕੇ ਆ, ਪਰਿਵਾਰ ਦੀ ਸਹਿਮਤੀ ਨਾਲ ਫਿਲਮ ਬਣੀ ਆ, ਪਰਿਵਾਰ ਨੇ ਜੋ ਸਾਡੇ ਪ੍ਰੋਡਿਊਸਰ ਸਾਹਿਬ ਬੈਠੇ ਨੇ ਇਹਨਾਂ ਨੇ ਜਦੋਂ ਇਹ ਫਿਲਮ ਦੇ ਰਾਈਟਸ ਲਏ ਸੀ ਇਹਨਾਂ ਨੇ ਕਿਹਾ ਸੀ ਕਿ ਅਸੀਂ ਜਿੰਨੀਆਂ ਮਰਜ਼ੀ ਸੀਰੀਜ਼ ਇਹਦੇ ਉੱਤੇ ਬਣਾ ਸਕਦੇ, ਉਹਨਾਂ ਨੇ ਓਕੇ ਕਰਕੇ ਲਿਖ ਕੇ ਬਕਾਇਦਾ, ਉਹਨਾਂ ਵੱਲੋਂ ਕਦੇ ਕੋਈ ਓਬਜੈਕਸ਼ਨ ਨਹੀਂ ਆਇਆ। ਮੈਂ ਹੁਣ ਗਾਂਧੀ 2 'ਤੇ ਫੇਰ ਆਉਣਾ ਕਿ ਜਦੋਂ ਗਾਂਧੀ 2 ਸਾਡੀ ਫਿਲਮ ਸੀ ਤਾਂ ਇੱਕ ਕੁਝ ਲੋਕ ਸੀਗੇ ਜਿਹੜੇ ਉਹਨੂੰ ਰਿਲੀਜ਼ ਨਹੀਂ ਸੀ ਹੋਣ ਦੇਣਾ ਚਾਹੁੰਦੇ, ਬਟ ਉਹਨਾਂ ਦਾ ਭਰਾ ਮਹਿੰਦੀ ਗਾਂਧੀ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਿਆ, ਅਤੇ ਉਹਨਾਂ ਨੇ ਕਿਹਾ ਕਿ ਇਹ ਮੇਰਾ ਛੋਟਾ ਭਾਈ ਹੈ, ਇਹ ਮੇਰਾ ਗਾਂਧੀ ਆ। ਉਹਨਾਂ ਨੇ ਇੰਟਰਵਿਊ ਦਿੱਤੀ ਤਾਂ ਮੰਦਭਾਗੀ ਘਟਨਾ ਕੁਝ ਦਿਨਾਂ ਬਾਅਦ ਉਹਨਾਂ ਦਾ ਮਰਡਰ ਹੋ ਜਾਂਦਾ, ਬਟ ਉਹ ਮੋਢੇ ਨਾਲ ਮੋਢਾ ਲਾ ਕੇ ਉਹ ਕਹਿੰਦੇ ਮੇਰੇ ਭਰਾ ਦੀ ਫਿਲਮ ਹੈ ਅਤੇ ਮੈਂ ਰਿਲੀਜ਼ ਕਰਾਉਣ ਲਈ ਹਿੱਕ ਤਾਣ ਕੇ ਖੜਾ। ਉਹ ਇੰਟਰਵਿਊ ਅੱਜ ਵੀ ਪਈ ਆ, ਜਾ ਕੇ ਦੇਖ ਸਕਦੇ ਹੋ। ਥੈਂਕ ਯੂ, ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਸਾਰੀ ਟੀਮ ਨੂੰ। ਭਾਅ ਜੀ ਕਿਵੇਂ ਹੋ ਜੀ? ਠੀਕ ਠਾਕ ਹੋ? ਬਹੁਤ ਵਧੀਆ ਵੀਰੇ, ਬਹੁਤ ਵਧੀਆ। ਰਾਈਟ, ਸੋ ਇੱਕ ਬਹੁਤ ਚੰਗੀ ਗੱਲ ਹੈ ਕਿ ਸਾਡਾ ਸਿਨੇਮਾ ਹੁਣ ਬਹੁਤ ਤਰੱਕੀ ਕਰ ਰਿਹਾ ਹੈ ਨਾ। ਹਾਂਜੀ ਵੀਰੇ, ਚੰਗੀ ਗੱਲ ਆ, ਬਟ ਇੱਕ ਛੋਟਾ ਜਿਹਾ ਅਫਸੋਸ ਹੈ ਵੀ ਐਕਸ਼ਨ ਦੇ ਨਾਂ 'ਤੇ ਸਾਡੇ ਕੋਲ ਗਾਂਧੀ ਔਰ ਬਲੈਕੀਆ ਹੀ ਆ ਹੈ ਨਾ, ਤਾਂ ਅੱਗੇ ਐਕਸ਼ਨ ਫਿਲਮਾਂ ਬਣਨ, ਡਾਕੂਆਂ ਦਾ ਮੁੰਡਾ ਵੀ ਹੈ, ਡਾਕੂਆਂ ਦਾ ਮੁੰਡਾ, ਡੀਐਸਪੀ ਦੇਵ ਵੀ ਹੈ। ਜੀ ਜੀ ਜੀ, ਬਹੁਤ ਨੇ, ਗਿਣਤੀ ਹੈਗੀ, ਆਪਾਂ ਸੋਚਦੇ ਨਹੀਂ, ਦੇਖਦੇ ਨਹੀਂ ਵੀ ਪਿੱਛੇ ਬਹੁਤ ਫਿਲਮਾਂ ਚੱਲੀਆਂ ਨੇ, ਬਹੁਤ ਜ਼ਿਆਦਾ ਨੇ ਜਿਹੜੀ ਮਤਲਬ ਐਕਸ਼ਨ ਨੇ, ਪੁੱਤ ਜੱਟਾਂ ਦੇ ਵੀ ਆ, ਹਾਂ ਵਰਿੰਦਰ ਜੀ ਦੀਆਂ ਬਹੁਤ ਫਿਲਮਾਂ ਨੇ ਜੀ ਐਕਸ਼ਨ ਦੇ ਉੱਤੇ। ਅਪਕਮਿੰਗ ਦੀ ਅਗਰ ਆਪਾਂ ਗੱਲ ਕਰੀਏ, ਫਿਊਚਰ ਦੀ ਆਪਾਂ ਗੱਲ ਕਰੀਏ, ਹਾਂਜੀ, ਤਾਂ ਜਿਵੇਂ ਹੁਣ ਮਨੀ ਸਾਹਨੀ ਸਾਹਿਬ ਵੀ ਇੱਥੇ ਬੈਠੇ ਨੇ, ਪ੍ਰੋਡਿਊਸਰ ਸਾਹਿਬ ਵੀ ਬੈਠੇ ਨੇ ਇੱਥੇ, ਅਤੇ ਫਿਊਚਰ ਦੇ ਵਿੱਚ ਕੀ ਕੁਛ ਤਿਆਰ ਕੀਤਾ ਜਾ ਰਿਹਾ ਪੰਜਾਬੀ ਸਿਨੇਮੇ ਦੇ ਵਿੱਚ? ਔਰ ਪੈਰਲਰੀ ਕੰਪੈਰੀਜ਼ਨ ਵੀ ਹੁੰਦਾ ਆ, ਜ਼ਾਹਿਰ ਜੀ ਗੱਲ ਹੈ ਕਿ ਇੰਡੀਆ ਦੇ ਵਿੱਚ ਬਹੁਤ ਸਾਰੇ ਸਿਨੇਮੇ ਬਣਦੇ ਆ, ਅਤੇ ਕੰਪੈਰੀਜ਼ਨ ਕਿਤੇ ਨਾ ਕਿਤੇ ਹੁੰਦਾ ਆ। ਸੋ ਬਾਹੂਬਲੀ ਤੱਕ ਪਹੁੰਚ ਗਈਆਂ ਚੀਜ਼ਾਂ, ਉਹ ਅੱਗੇ ਤੱਕ ਜਾਣ ਲਈ ਮਤਲਬ ਕੀ ਤਿਆਰੀ ਉਹ ਚੱਲ ਰਹੀ ਆਪਣੀ? ਦੇਖੋ ਵੀਰੇ, ਇੱਕ ਆਪਾਂ ਨਾ ਜਦੋਂ ਘਰੇ ਇੱਕ ਆਪਾਂ ਗਾਰਡਨ ਬਣਾਉਂਦੇ ਹਾਂ ਜਾਂ ਆਪਾਂ ਲੋਨ ਤਿਆਰ ਕਰਦੇ ਹਾਂ ਆਪਣਾ, ਤਾਂ ਉਹਦੇ ਵਿੱਚ ਇੱਕ ਫੁਲਵਾੜੀ ਦੇ ਵਿੱਚ ਹਰ ਤਰ੍ਹਾਂ ਦੇ ਫੁੱਲ ਲਾਉਂਦੇ ਹਾਂ। ਸਿਨੇਮੇ ਦੇ ਵਿੱਚੋਂ ਜਦੋਂ ਹਰ ਤਰ੍ਹਾਂ ਦੀ ਫਿਲਮ ਬਣਦੀ ਹੈ, ਕਾਮੇਡੀ ਬਣਦੀਆਂ ਨੇ, ਮਸਤਾਨੇ ਵਰਗੀਆਂ ਫਿਲਮਾਂ ਬਣਦੀਆਂ ਨੇ, ਮੌੜ ਵਰਗੀਆਂ ਵੀ ਬਣਦੀਆਂ ਨੇ ਹੈ ਨਾ, ਅਤੇ ਅਰਦਾਸ ਵਰਗੀਆਂ ਵੀ ਬਣਦੀਆਂ ਨੇ, ਗਾਂਧੀ ਵਰਗੀਆਂ, ਡਾਕੂਆਂ ਦੇ ਮੁੰਡੇ ਵਰਗੀਆਂ, ਤਾਂ ਫੁਲਵਾੜੀ ਦੇ ਵਿੱਚ ਫਿਰ ਹਰ ਤਰ੍ਹਾਂ ਦਾ ਫੁੱਲ ਬਣ ਜਾਂਦਾ, ਕਾਮੇਡੀ ਵੀ ਬਣਦਾ। ਔਰ ਜਿੱਥੋਂ ਤੱਕ ਸਾਡੀ ਗੱਲ ਹੈ, ਅਸੀਂ ਬਹੁਤ ਚੰਗਾ ਸਿਨੇਮਾ ਲੈ ਕੇ ਆ ਰਹੇ ਹਾਂ, ਉਸ ਲੜੀ ਦੇ ਵਿੱਚ ਮਝੈਲ ਆ ਰਹੀ ਹੈ, ਉਹ ਇੱਕ ਡਿਫਰੈਂਟ ਕਾਈਂਡ ਆਫ ਸਿਨੇਮਾ ਹੈਗਾ, ਉਹਦੇ ਵਿੱਚ ਅਸੀਂ ਗੱਲ ਕੀਤੀ ਹੈ
ਮਝੈਲੀਆਂ ਦੀ ਉਹੀ ਲੈਂਗੁਏਜ, ਉਹੀ ਸਾਰਾ ਕੁਛ, ਹਰ ਵਕਤ ਕੁਛ ਨਾ ਕੁਛ ਐਕਸਪੈਰੀਮੈਂਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਨਵੇਂ ਕਿਰਦਾਰ ਲੱਭਣ ਦੀ, ਨਵੇਂ ਤਰੀਕੇ ਨਾਲ ਪਲੇ ਕਰਨ ਦੀ। ਫਿਰ ਇੱਕ ਫਿਲਮ ਮੇਰੀ ਮਨੀਸ਼ ਭਾਅ ਜੀ ਦੇ ਨਾਲ ਹੁਣ ਅਸੀਂ ਸ਼ਾਇਦ ਬਾਬਾ ਜੀ ਨੇ ਚਾਹੇ ਥੋੜ੍ਹੇ ਦਿਨਾਂ 'ਚ ਅਸੀਂ ਅਨਾਊਂਸ ਕਰਾਂਗੇ, ਉਹ ਵੀ ਅਸੀਂ ਸੋਚ ਰਹੇ ਹਾਂ ਕਿ ਡਾਇਰੈਕਟਰ ਵੀ ਸਾਰੇ ਅਲੱਗ ਅਲੱਗ ਕਰੀਏ ਵਧੀਆ, ਜਿਹੜੇ ਪੰਜਾਬੀ ਇੰਡਸਟਰੀ ਦੇ ਵਧੀਆ ਡਾਇਰੈਕਟਰ ਨੇ, ਵਧੀਆ ਸਿਨੇਮਾ ਦਿੱਤਾ ਜਿਨ੍ਹਾਂ ਨੇ। ਫਿਰ ਡ੍ਰੀਮ ਰਿਐਲਿਟੀ ਨਾਲ ਤਾਂ ਮੈਂ ਜੁੜਿਆ ਹੋਈ ਹਾਂ, ਸਾਡੀਆਂ ਬਹੁਤ ਵਧੀਆ ਪਲੈਨਿੰਗ ਚੱਲ ਰਹੀਆਂ ਨੇ ਅੱਗੇ। ਔਰ ਜਿਹੜੀ ਤੁਸੀਂ ਬਾਹੂਬਲੀ ਦੀ ਗੱਲ ਕੀਤੀ ਹੈ, ਸਾਨੂੰ ਜੇ ਤੁਸੀਂ ਜਿਵੇਂ ਸਾਊਥ ਦਾ ਸਿਨੇਮਾ ਅੱਜ ਸਾਡੇ 'ਚ ਆ ਗਿਆ, ਸਾਡੇ 'ਚ ਘਰ ਕਰ ਗਿਆ, ਸਾਨੂੰ ਉਹਨਾਂ ਦੇ ਹਰ ਹੀਰੋ ਬਾਰੇ ਪਤਾ ਕਿ ਪੁਸ਼ਪਾ ਕਦੋਂ ਆਉਣੀ ਆ, ਬਾਹੂਬਲੀ 2 ਜਾਂ KGF ਕਦੋਂ ਰਿਲੀਜ਼ ਹੋਣੀ ਆ, ਸਭ ਪਤਾ। ਜੇ ਤੁਸੀਂ ਇਹ ਚਾਹੋਗੇ ਕਿ ਸਾਡੇ ਸਿਨੇਮੇ ਬਾਰੇ ਵੀ ਉਹਨਾਂ ਨੂੰ ਪਤਾ ਹੋਵੇ ਕਿ ਪੰਜਾਬੀ ਦੀ ਫਲਾਣੀ ਫਿਲਮ ਕਦੋਂ ਰਿਲੀਜ਼ ਹੋਣੀ ਹੈ, ਕਦੋਂ ਹੋਊ, ਤਾਂ ਉਹ ਐਕਸ਼ਨ ਜੋਨਰ ਹੀ ਹੈ ਕਿ ਜਿਹੜਾ, ਕਿਉਂਕਿ ਉਹ ਐਕਸ਼ਨ ਜੋਨਰ ਕਰਕੇ ਹੀ ਸਾਰੇ ਕਿਤੇ ਉਹਨਾਂ ਦਾ ਸਿਨੇਮਾ 'ਚ ਆਇਆ। ਸਾਨੂੰ ਵੀ ਐਕਸ਼ਨ ਹੌਲੀ ਹੌਲੀ ਉਸ ਪੱਧਰ 'ਤੇ ਲਿਜਾਣਾ ਪਊਗਾ ਤਾਂ ਕਿ ਸਾਡੇ ਸਿਨੇਮੇ ਬਾਰੇ ਵੀ ਉਹਨਾਂ ਨੂੰ ਪਤਾ ਹੋਵੇ ਵੀ ਪੰਜਾਬੀ ਦੀ ਆਹ ਐਕਟਰ ਦੀ ਫਿਲਮ ਇਸ ਟਾਈਮ 'ਤੇ ਇਸ ਵਕਤ 'ਤੇ ਰਿਲੀਜ਼ ਹੋਊਗੀ। ਉਹਦੇ ਲਈ ਦੇਖੋ ਐਫਰਟ ਕਰ ਰਹੇ ਨੇ ਸਾਰੇ। ਸੋ ਹੁਣ ਡ੍ਰੀਮ ਰਿਐਲਿਟੀ ਵਾਲਿਆਂ ਨੇ ਸੋਚਿਆ ਕਿ ਜਿਹੜੀ ਅਸੀਂ ਅਗਲੀ ਫਿਲਮ ਬਣਾਵਾਂਗੇ ਉਹਦਾ ਐਕਸ਼ਨ ਵੀ ਨੈਕਸਟ ਲੈਵਲ 'ਤੇ ਹੋਊਗਾ, ਇਹਦਾ ਵੀ ਅਸੀਂ ਬਹੁਤ ਵਧੀਆ ਐਕਸ਼ਨ ਕੀਤਾ ਗਾਂਧੀ ਦਾ। ਜਦ ਤੁਸੀਂ ਦੇਖੋਗੇ ਸਿਨੇਮੇ 'ਚ ਜਾਓਗੇ ਉਦੋਂ ਪਤਾ ਲੱਗੂਗਾ ਤੁਹਾਨੂੰ। ਸੋ ਸਾਡੀਆਂ ਕੋਸ਼ਿਸ਼ਾਂ ਨੇ, ਹੁਣ ਦੇਖੋ ਬੂਰ ਕਦੋਂ ਪੈਂਦਾ ਸੀ ਲੱਗੇ ਹੋਏ ਆ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਰ ਮੇਰਾ ਸਵਾਲ ਤੁਹਾਨੂੰ ਹੈ, ਜਿਵੇਂ ਟ੍ਰੇਲਰ ਦੇ ਵਿੱਚ ਕਿਹਾ ਗਿਆ ਹੈ ਕਿ ਗਾਂਧੀ ਯੂਥ ਆਈਕਨ ਹੈ, ਜੇ ਤੁਹਾਡੀ ਗੱਲ ਕੀਤੀ ਜਾਵੇ ਤਾਂ ਤੁਸੀਂ ਵੀ ਯੂਥ ਆਈਕਨ ਹੋ, ਤੁਹਾਨੂੰ ਬਹੁਤ ਸਾਰਾ ਯੂਥ ਜਿਹੜਾ ਹੈ ਫੋਲੋ ਕਰਦਾ। ਸੋ ਇੱਕ ਰਿਸਪੋਂਸੀਬਿਲਟੀ ਤੁਸੀਂ ਵੀ ਆਪਣੇ ਮੋਢਿਆਂ 'ਤੇ ਫੀਲ ਕਰਦੇ ਹੋ? ਬਿਲਕੁਲ ਕਰਦਾ ਜੀ, ਮੈਨੂੰ ਆਲਵੇਜ਼ ਇਹ ਡਰ ਰਹਿੰਦਾ ਕਿ ਮੇਰੇ ਕਰਕੇ ਕਿਸੇ ਨੂੰ ਕੋਈ ਗਲਤ ਮੈਸੇਜ ਨਾ ਚੱਲ ਜਾਏ ਯੂਥ ਨੂੰ। ਤਾਂ ਹੀ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਅਸੀਂ ਮੈਸੇਜ ਕਿਵੇਂ ਕਨਵੇ ਕਰ ਸਕਦੇ ਹਾਂ ਯੂਥ ਨੂੰ। ਜੇ ਤੁਸੀਂ ਗਾਂਧੀ 2 ਦੇਖੀ ਹੋਊਗੀ ਤਾਂ ਉਹਦੇ ਵਿੱਚ ਇੱਕ ਸਪੀਚ ਹੈ, ਉਹ ਮੈਂ ਖੁਦ ਲਿਖੀ ਸੀਗੀ, ਉਹ ਫਿਲਮ ਦੇ ਵਿੱਚ ਹੈ ਨਹੀਂ ਸੀਗੀ। ਉਹ ਜਦੋਂ ਬੋਲਦਾ ਜਾ ਕੇ ਮਾਈਕ ਖੋ ਕੇ ਉਹਦਾ, ਤਾਂ ਉਹ ਇੰਨੀ ਮੋਟੀਵੇਟ ਕਰਦੀ ਹੈ ਲੋਕਾਂ ਨੂੰ ਕਿ ਤੁਸੀਂ ਪੋਲਿਟਿਕਸ ਦੇ ਹੱਥੇ ਨਾ ਚੜੋ, ਨੌਜਵਾਨਾਂ ਨੂੰ ਕਿਹਾ ਗਿਆ। ਉਹ ਇੱਕ ਬਹੁਤ ਵੱਡਾ ਮੈਸੇਜ ਸੀਗਾ। ਫਿਰ ਡਾਕੂਆਂ ਦਾ ਮੁੰਡਾ ਉਹ 'ਚ ਮੈਸੇਜ ਸੀ, DSP ਦੇਵ 'ਚ ਮੈਸੇਜ ਸੀ, ਬਲੈਕੀਆ 'ਚ ਮੈਸੇਜ ਸੀ। ਕੋਈ ਫਿਲਮ, ਮਤਲਬ ਮੈਂ ਕੋਸ਼ਿਸ਼ ਇਹ ਹੁੰਦੀ ਹੈ ਕਿਉਂਕਿ ਸਾਡਾ ਐਕਸ਼ਨ ਜੋਨਰ ਹੈ, ਮੈਨੂੰ ਇਹ ਲੱਗਦਾ ਹੁੰਦਾ ਕਿ ਯਾਰ ਐਕਸ਼ਨ ਦੇ ਜ਼ਰੀਏ ਸਾਡੇ ਤਾਂ ਛੋਟੀ ਜਿਹੀ ਗੱਲ ਚੱਕ ਲੈਂਦੇ ਆ ਵੀ ਯਾਰ ਆਪ ਇਹ ਪਿਸਤੌਲ ਕੱਢ ਕੇ ਖੜ ਗਏ, ਤਲਵਾਰਾਂ ਕੱਢ ਕੇ ਖੜ ਗਏ, ਇਹ ਯੂਥ ਨੂੰ ਕਿਹੜੇ ਪਾਸੇ ਲਾ ਰਹੇ ਨੇ, ਗਲਤ ਪਾਸੇ ਲੈ ਕੇ ਜਾ ਰਹੇ ਨੇ। ਸੋ ਬਹੁਤ ਡਰ ਕੇ ਸਿਨੇਮਾ ਕਰਦੇ ਹਾਂ ਅਸੀਂ, ਅਸੀਂ ਐਂ ਨਹੀਂ ਬੇਝਿਜਕ ਹੋ ਕੇ ਸਿਨੇਮਾ ਨਹੀਂ ਕਰਦੇ ਵੀ ਬੇਖੌਫ ਹੋ ਕੇ ਕਹਿ ਦਈਏ ਯਾਰ ਆਹ ਚੀਜ਼ ਵੀ ਪਾ ਲਾ, ਇਹਦੇ ਵਿੱਚ ਆਹ ਵੀ ਐਡ ਕਰ ਦੇ, ਜਾਂਦਾ ਜਾਣਦੇ ਸਾਡੀ ਫਿਲਮ ਚੱਲਣੀ ਚਾਹੀਦੀ ਆ। ਅਸੀਂ ਉਹ ਚੀਜ਼ਾਂ ਨੂੰ ਕੋਸ਼ਿਸ਼ ਕਰਦੇ ਹਾਂ ਕਿ ਯਾਰ ਕੁਛ ਗਲਤ ਨਾ ਦਿਖਾਈਏ, ਇਹਨੂੰ ਕੱਢ ਦਈਏ ਫਿਲਮ ਦੇ ਵਿੱਚੋਂ, ਨਹੀਂ ਯਾਰ ਇਹਦਾ ਗਲਤ ਮੈਸੇਜ ਜਾਊਗਾ। ਸੋ ਮੈਂ ਖੁਦ ਖਿਆਲ ਰੱਖਦਾ ਇਹਨਾਂ ਚੀਜ਼ਾਂ ਦਾ, ਔਰ ਸਾਡੀ ਟੀਮ ਸਾਰੀ ਰਿਸਪੋਂਸੀਬਲ ਟੀਮ ਹੈ। ਅਸੀਂ ਜੇ ਕੁਛ ਚੀਜ਼ਾਂ ਅਸੀਂ ਐਡ ਕਰਨੀਆਂ ਹੁੰਦੀਆਂ ਤਾਂ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਫਿਲਮ ਤਾਂ ਬਹੁਤ ਚਲਾ ਜਾਣਗੀਆਂ ਪਰ ਉਹ ਮੈਸੇਜ ਗਲਤ ਜਾਊਗਾ ਲੋਕਾਂ ਨੂੰ। ਸੋ ਉਹਨਾਂ ਚੀਜ਼ਾਂ ਨੂੰ ਅਸੀਂ ਐਡਿਟ ਕਰਦੇ ਨੇ, ਔਰ ਹਰ ਵਕਤ ਕੋਸ਼ਿਸ਼ ਰਹਿੰਦੀ ਹੈ ਜੀ ਕਿ ਯੂਥ ਫੋਲੋ ਕਰਦਾ ਅਤੇ ਉਹਨਾਂ ਨੂੰ ਚੰਗਾ ਮੈਸੇਜ ਹੀ ਕਨਵੇ ਕਰੀਏ ਆਲਵੇਜ਼। ਭਾਅ ਜੀ ਸਤਿ ਸ਼੍ਰੀ ਅਕਾਲ, ਇੱਧਰ ਸਤਿ ਸ਼੍ਰੀ ਅਕਾਲ ਇੱਧਰਲੇ ਪਾਸੇ। ਭਾਅ ਜੀ ਮੈਂ ਚੰਡੀਗੜ੍ਹ ਹੀ ਪਲੇ ਵਧੇ ਹਾਂ ਅਸੀਂ ਕੋਲਜਿਸ ਦੇ। ਪਹਿਲੇ ਤਾਂ ਮੈਂ ਸਰ ਮੌੜ ਬਹੁਤ ਲੇਟ ਦੇਖੀ ਐਂਡ ਇਟਸ ਵਨ ਆਫ ਦਾ ਫਾਈਨੈਸਟ ਸਿਨੇਮਾ ਆਫ ਪੰਜਾਬੀ, ਬਹੁਤ ਵਧੀਆ ਫਿਲਮ ਹੈ, ਬਹੁਤ ਅੱਛੀ ਤਰ੍ਹਾਂ ਉਹਨੂੰ ਡਾਇਰੈਕਟ ਵੀ ਕੀਤਾ। ਥੈਂਕ ਯੂ ਭਾਅ ਜੀ, ਥੈਂਕ ਯੂ। ਕਿਸ਼ਨੇ ਦਾ ਰੋਲ ਬਹੁਤ ਅੱਛਾ ਲੱਗਿਆ। ਅਸੀਂ ਜਤਿੰਦਰ ਮੌਰ ਨਾਲ ਦੁਬਾਰਾ ਕੰਮ ਕਰ ਰਹੇ ਹਾਂ, ਸਾਨੀ ਸਾਹਿਬ ਪ੍ਰੋਡਿਊਸਰ ਨੇ ਜਿਹੜੀ ਗੱਲ ਮੈਂ ਕਰ ਰਿਹਾ ਸੀਗਾ। ਸੋ ਅਸੀਂ ਜੇ ਕੋਈ ਹੀਰੇ ਬੰਦੇ ਇੰਡਸਟਰੀ ਦੇ ਹੈਗੇ ਨੇ ਉਹਨਾਂ ਨੂੰ ਜ਼ਰੂਰ ਅੱਗੇ ਲੈ ਕੇ ਆਉਣਾ ਚਾਹੀਦਾ ਤਾਂ ਕਿ ਉਹ ਹੋਰ ਚੰਗਾ ਸਿਨੇਮਾ ਜਿਹੜਾ ਹੈਗਾ ਉਹਨਾਂ ਦੀ ਲੋੜ ਹੈ ਇਸ ਟਾਈਮ, ਜ਼ਰੂਰਤ ਹੈ ਸਾਨੂੰ ਪੰਜਾਬੀ ਸਿਨੇਮਾ। ਬਹੁਤ ਹੀ ਅੱਛੀ ਫਿਲਮ ਬਣਾਈ ਗਈ ਹੈ। ਥੈਂਕ ਯੂ ਜੀ। ਸਰ ਗਾਂਧੀ ਵੀ ਅੱਛੀ ਫਿਲਮ ਹੈ। ਮੇਰਾ ਸਰ ਕੁਐਸਚਨ ਇਹ ਹੈ ਕਿ ਮੈਂ ਕਾਲਜਿਸ 'ਚ ਪੜ੍ਹਿਆ ਚੰਡੀਗੜ੍ਹ ਦੇ, ਤਾਂ ਇੱਥੇ ਕਾਲਜਿਸ ਦੇ ਵਿੱਚ ਇਲੈਕਸ਼ਨ ਅੱਜ ਕੱਲ੍ਹ ਵੀ ਚੱਲ ਰਹੇ ਆ, ਚੱਲਦੇ ਹੈਗੇ ਆ। ਜਦੋਂ ਕਾਲਜਿਸ 'ਚ ਇਲੈਕਸ਼ਨ ਚੱਲਦੇ ਆ, SD ਹੋ ਗਿਆ, DAV ਹੋ ਗਿਆ, ਤਾਂ ਇੱਥੇ ਬਹੁਤ ਸਾਰੀ ਵਾਰਦਾਤਾਂ ਹੋ ਜਾਂਦੀਆਂ, ਵਾਰਦਾਤਾਂ ਕਦੀ ਗੋਲੀ ਦੀ, ਕਦੀ ਕਿਰਪਾਨਾਂ ਦੀ, ਉਹ ਸਾਰੀ ਖੌਫ ਪੈਦਾ ਕਰਦੀਆਂ ਜਿਹੜੇ ਬਾਕੀ ਦੇ ਸਟੂਡੈਂਟਸ ਹੈ ਜਿਹੜੇ ਪੜ੍ਹਨ ਆਉਂਦੇ ਆ, ਮਤਲਬ ਕਾਇੰਡ ਆਫ
ਛੱਡੋ ਲੀਡਰਸ਼ਿਪ ਹੋਣੀ ਚਾਹੀਦੀ ਹੈ, ਗੁੱਡ ਹੈਲਦੀ ਲੀਡਰਸ਼ਿਪ ਹੋਣੀ ਚਾਹੀਦੀ ਹੈ, ਵਾਟ ਇਜ਼ ਯੋਰ ਟੇਕ ਔਨ ਦੈਟ ਕਿ ਤੁਸੀਂ ਬਹੁਤ ਕੱਬਾ ਸੁਭਾਅ ਰੱਖਦੇ ਹੋ ਮਤਲਬ ਫਿਲਮਾਂ ਦੇ ਵਿੱਚ ਇਨ ਜੈਨੂਅਨ, ਮਤਲਬ ਤੁਹਾਡੇ ਹਿੱਸੇ ਹੀ ਆਇਆ ਸ਼ਾਇਦ ਕਿਉਂਕਿ ਯੂ ਆਰ ਅ ਹੀਮੈਨ ਆਫ ਪੰਜਾਬ। ਥੈਂਕ ਯੂ, ਥੈਂਕ ਯੂ। ਸੋ ਬੇਸਿਕਲੀ ਤੁਹਾਡਾ ਕੀ ਟੇਕ ਹੈ ਕਿ ਇੱਦਾਂ ਦੀ ਹੋਣੀ ਚਾਹੀਦੀ ਕਿ ਕਿਰਪਾਨ ਚੱਕੀ ਚਲੋ ਵੀ ਚੱਲ ਬੰਦੇ ਪੰਜ ਬੰਦੇ ਚੱਲੀਏ ਆਪਾਂ ਗੱਡੀ ਭਰੀਏ ਅਤੇ ਚੱਲੀਏ? ਦੇਖੋ ਬਹੁਤ ਸਾਰੀਆਂ ਚੀਜ਼ਾਂ ਨਾ ਸਾਡੇ ਇੰਡਸਟਰੀ ਦੇ ਨਾਂ ਲੱਗ ਜਾਂਦੀਆਂ ਨੇ ਕਿ ਯਾਰ ਜੇ ਸਿੱਧੂ ਮੂਸੇਵਾਲਾ ਗਾਣੇ ਗਾਉਂਦਾ ਸੀ ਤਾਂ ਯੂਥ ਵਿਗੜ ਗਿਆ, ਜਦੋਂ ਕਿ ਉਹ ਚੀਜ਼ਾਂ ਉਹ ਗਾਉਂਦਾ ਸੀ ਜੋ ਸਮਾਜ 'ਚ ਵਿਚਰ ਰਿਹਾ। ਸਿਨੇਮਾ ਸਮਾਜ ਤੋਂ ਚੱਕ ਕੇ ਹੀ ਬਣਦਾ। ਜੇ ਮਿੰਟੂ ਗੁਰਸੂਰੀ ਅਸਲ 'ਚ ਹੋਇਆ ਤਾਂ ਡਾਕੂਆਂ ਦਾ ਮੁੰਡਾ ਫਿਲਮ ਬਣੀ, ਜੇ ਕ੍ਰਿਸ਼ਨਾ ਮੌੜ ਜੂਣਾ ਮੌੜ ਉਰੀ ਹੋਏ ਤਾਂ ਮੌੜ ਫਿਲਮ ਬਣੀ, ਜੇ ਗਾਂਧੀ ਹੋਇਆ ਤਾਂ ਗਾਂਧੀ ਫਿਲਮ ਬਣੀ। ਇਹ ਸਿਨੇਮਾ ਸਮਾਜ ਤੋਂ ਹੀ ਨਿਕਲਦਾ, ਬਟ ਉਹ 'ਚ ਅਸੀਂ ਕੋਸ਼ਿਸ਼, ਪਹਿਲਾਂ ਵੀ ਮੈਂ ਤੁਹਾਨੂੰ ਕਿਹਾ ਕਿ ਅਸੀਂ ਕੋਸ਼ਿਸ਼ ਇਹ ਕਰਦੇ ਹਾਂ ਕਿ ਉਹਦੇ ਜ਼ਰੀਏ ਇੱਕ ਮੈਸੇਜ ਦਈਏ। ਪਰ ਜਿਹੜਾ ਤੁਸੀਂ ਹੁਣ ਗੱਲ ਕੀਤੀ, ਦੇਖੋ ਪੋਲੀਟਿਕਸ ਜਿਹੜੀ ਨਿਕਲਦੀ ਆ ਉਹ ਨਿਕਲਦੀ ਤਾਂ ਯੂਨੀਵਰਸਿਟੀ ਕਾਲਜਾਂ 'ਚ ਹੋਈ ਆ, ਔਰ ਯੂਥ ਇੱਕ ਈਜ਼ੀ ਟਾਰਗੇਟ ਹੁੰਦਾ, ਹੈ ਨਾ, ਇੱਕ ਗਰਮਜੋਸ਼ੀ ਹੁੰਦੀ ਹੈ, ਨਵਾਂ ਖੂਨ ਹੁੰਦਾ, ਜੋਸ਼ ਹੁੰਦਾ, ਪਤਾ ਹੁੰਦਾ ਜਿਹੜੇ ਸੀਨੀਅਰ ਬੈਠੇ ਹੁੰਦੇ ਨੇ ਵੀ ਅਸੀਂ ਤਾਂ ਕੰਮ ਨਹੀਂ ਕਰ ਸਕਦੇ, ਯੂਥ ਨੂੰ ਵੱਡੇ ਵੱਡੇ ਖਾਬ ਦਿਖਾ ਕੇ ਵੱਡੀਆਂ ਵੱਡੀਆਂ ਕੁਰਸੀਆਂ ਦਾ ਲਾਲਚ ਦੇ ਕੇ ਉਹਨਾਂ ਨੂੰ ਜਿਵੇਂ ਮਰਜ਼ੀ ਯੂਜ਼ ਕਰ ਲਓ, ਔਰ ਮੁੰਡੇ ਆ ਵੀ ਜਾਂਦੇ ਆ ਉਹਨਾਂ ਗੱਲਾਂ ਦੇ ਵਿੱਚ। ਤਾਂ ਮੈਨੂੰ ਲੱਗਦਾ ਲੜਾਈਆਂ ਝਗੜਿਆਂ ਨਾਲ ਕਦੇ ਵੀ ਕੋਈ ਲੜਾਈ ਜਿੱਤੀ ਨਹੀਂ ਜਾਂਦੀ, ਨਾ ਉਸ ਲੜਾਈ ਦੀ ਕਦੇ ਸੈਟੀਸਫੈਕਸ਼ਨ ਸਾਨੂੰ ਜਿੱਤ ਕੇ ਹੁੰਦੀ ਹੈ। ਸਾਨੂੰ ਪਤਾ ਹੁੰਦਾ ਕਿ ਅਸੀਂ ਇਹ ਲੜਾਈ ਇਮਾਨਦਾਰੀ ਨਾਲ ਜਾਂ ਆਪਣੇ ਰਸੂਖ ਨਾਲ ਜਾਂ ਆਪਣੀ ਕਾਬਲੀਅਤ ਦੇ ਸਿਰ 'ਤੇ ਨਹੀਂ ਜਿੱਤੇ, ਅਸੀਂ ਇਹ ਲੜਾਈ ਧੱਕੇ ਨਾਲ, ਕਿਰਪਾਨਾਂ ਦੇ ਜ਼ੋਰ 'ਤੇ ਜਾਂ ਆਪ ਡਰਾ ਕੇ ਦੂਜੀ ਧਿਰ ਨੂੰ ਫੇਰ ਜਿੱਤੇ ਹਾਂ, ਉਹਦੀ ਸੈਟੀਸਫੈਕਸ਼ਨ ਕਦੇ ਵੀ ਨਹੀਂ ਮਿਲਦੀ। ਆਪਣੀ ਕਾਬਲੀਅਤ, ਮੈਂ ਸਾਰੇ ਯੂਥ ਨੂੰ ਤੁਹਾਡੇ ਜ਼ਰੀਏ ਇਹੀ ਕਹੂੰਗਾ ਕਿ ਦੇਖੋ ਇਲੈਕਸ਼ਨ ਤੁਸੀਂ ਪੋਲੀਟਿਕਸ ਦੇ ਵਿੱਚ ਜਾਣਾ ਜਾਓ, ਔਰ ਬਹੁਤ ਵਧੀਆ ਗੱਲ ਹੈ ਜੇ ਨੌਜਵਾਨ ਪੋਲੀਟਿਕਸ ਦੇ ਵਿੱਚ ਆਉਣਗੇ। ਮੈਨੂੰ ਲੱਗਦਾ ਸਾਡੇ ਦੇਸ਼ ਦਾ, ਸਾਡੇ ਸੂਬੇ ਦਾ, ਸਾਡੇ ਹਾਲਾਤ ਸੁਧਰਨਗੇ, ਇੱਕ ਨਵੀਂ ਸੋਚ ਲੈ ਕੇ ਆਵਾਂਗੇ ਅਸੀਂ, ਅਤੇ ਜ਼ਰੂਰ ਆਉਣਾ ਚਾਹੀਦਾ। ਪਰ ਲੜਾਈ ਝਗੜਿਆਂ ਨਾਲ ਕਦੇ ਵੀ ਨਾ ਹੋ, ਇੱਕ ਦੂਜੇ ਨੂੰ ਆਪਣੀ ਕਾਬਲੀਅਤ ਦੇ ਨਾਲ ਤੁਸੀਂ ਜਿੱਤੋ, ਸੋ ਜਿੱਤ ਦਾ ਆਨੰਦ ਹੀ ਅਲੱਗ ਹੈ। ਥੈਂਕ ਯੂ। ਸਤਿ ਸ਼੍ਰੀ ਅਕਾਲ ਬਾਈ ਜੀ, ਦੇਵ ਵੀਰੇ, ਸਤਿ ਸ਼੍ਰੀ ਅਕਾਲ ਜੀ, ਕੁਲਵੰਤ, ਸਤਿ ਸ਼੍ਰੀ ਅਕਾਲ ਭਾਅ ਜੀ, ਸਤਿ ਸ਼੍ਰੀ ਅਕਾਲ ਵੀਰੇ। ਦੇਵ, ਤੁਸੀਂ ਐਕਸ਼ਨ ਸਿਨੇਮਾ ਬਹੁਤ ਸੋਹਣਾ ਕੀਤਾ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਤੁਸੀਂ ਜਦੋਂ ਕਾਮੇਡੀ ਕੀਤੀ ਬਹੁਤ ਸੋਹਣੀ ਕੀਤੀ, ਉਹ ਅੱਜ ਵੀ ਲੋਕ ਦੇਖਦੇ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਸਿਰਫ ਐਕਸ਼ਨ ਮੂਵੀਜ਼ ਹੀ ਆਉਣਗੀਆਂ ਕਿ ਕੋਈ ਦੇਵ ਨੂੰ ਅਸੀਂ ਕੋਈ ਸਿੱਧਰੇ ਜਿਹੇ ਕਰੈਕਟਰ ਦੇ ਵਿੱਚ, ਕੋਈ ਭੋਲੇ ਭਾਲੇ ਕਰੈਕਟਰ ਵਿੱਚ, ਜਿਹਦੇ ਵਿੱਚ ਦੇਵ ਕੁੜਦਾ ਨਾ ਹੋਵੇ, ਆਪ ਛਿੱਤਰ ਖਾਂਦਾ ਹੋਵੇ। ਲੱਗਦਾ ਮੈਂ ਆਪ ਛਿੱਤਰ ਖਾਣ ਵਾਲੀ ਕੋਈ ਫਿਲਮ ਕੀਤੀ ਹੈ ਪਿੱਛੇ ਜੇ। ਮੈਂ ਬਾਈ ਜੀ ਕਿਉਂਕਿ ਐਕਸ਼ਨ ਕਰਦੇ ਕਰਦੇ ਨਾ ਤੁਹਾਡੇ ਚਿਹਰੇ 'ਤੇ ਐਕਸ਼ਨ ਵਾਲਾ ਉਹ ਹੀਰੋ ਆ ਗਿਆ। ਉੱਚਾ ਦਰ ਬਾਬੇ ਨਾਨਕ ਦਾ ਕੀਤੀ ਸੀ, ਲੋਕ ਨਹੀਂ ਗਏ ਦੇਖਣ, ਔਰ ਮੈਂ ਸਿਰਫ ਟਾਈਟਲ ਸੁਣ ਕੇ ਹਾਂ ਕਰਤੀ ਸੀ ਫਿਲਮ ਨੂੰ ਕਿ ਮੈਂ ਫਿਲਮ ਕਰਨੀ ਆ ਯਾਰ। ਮੈਂ ਵੀ ਚਾਹੁੰਦਾ ਕਿ ਮੈਂ ਵਿੱਚੋਂ ਬ੍ਰੇਕ ਦੇਵਾਂ ਆਡੀਅੰਸ ਨੂੰ, ਮੈਂ ਬਾਈ ਜੀ ਕੁੱਟਣਗੇ ਵੀ ਕਰਦਾ ਕਿ ਯਾਰ ਇੱਕ ਕਾਮੇਡੀ ਟਾਈਪ ਫਿਲਮ ਲੋਕਾਂ ਨੂੰ ਮੈਂ ਇੰਟਰਟੇਨ ਕਰ ਸਕਾਂ, ਹੈ ਨਾ। ਉਹ ਫਿਲਮ ਦੇ ਵਿੱਚ ਵੀ ਕੋਈ ਕਿਸੇ ਨੇ ਖਾਸ ਐਪਰੀਸ਼ੀਏਟ ਨਹੀਂ ਕੀਤਾ ਮੇਰੇ ਡਾਇਰੈਕਟਰ ਤੋਂ ਬਿਨਾਂ, ਕਿ ਦੇਵ ਤੂੰ ਬਹੁਤ ਸੋਹਣਾ ਕੰਮ ਕੀਤਾ ਸਮੀਪ ਬਾਈ ਤੋਂ ਬਿਨਾਂ। ਅਤੇ ਫਿਰ ਹੁਣ ਉੱਚਾ ਦਰ ਬਾਬੇ ਨਾਨਕ ਦਾ ਕੀਤੀ, ਐਡਾ ਸੋਹਣਾ ਗੁਰਬਾਣੀ ਦਾ ਉਪਦੇਸ਼, ਇੱਕ ਵੀ ਚੱਕਵਾਂ ਸੌਂਗ ਨਹੀਂ ਸੀਗਾ ਸਾਰੇ ਸ਼ਬਦ ਜਿੰਨੇ ਰਿਲੀਜ਼ ਕੀਤੇ, ਅਮਰਿੰਦਰ ਬਾਈ ਦੀ ਆਵਾਜ਼ 'ਚ, ਹੈ ਨਾ, ਆਪਣਾ ਕਮਲ ਖਾਨ ਦੀ ਆਵਾਜ਼ 'ਚ, ਰੂਹਾਨੀ ਸੰਗੀਤ। ਹੁਣ ਦੇਖੋ ਅਸੀਂ ਤਾਂ, ਮੈਂ ਤਾਂ ਕੋਸ਼ਿਸ਼ ਕਰ ਰਿਹਾ ਬਾਈ ਜੀ, ਹੁਣ ਫਿਰ ਇੱਕ ਸਬਜੈਕਟ, ਮੈਂ ਕਿਸੇ ਦਾ ਰੀਅਲ ਸਟੋਰੀ, ਸਾਡੇ ਇੰਨੇ ਹਿਡਨ ਹੀਰੋਜ਼ ਹੈਗੇ ਜਿਨ੍ਹਾਂ ਬਾਰੇ ਸਾਨੂੰ ਪਤਾ ਹੀ ਨਹੀਂ। ਉਹ ਫਿਲਮ ਇੱਕ ਬੰਦੇ ਦੀ ਹਾਲੇ ਨਹੀਂ ਮੈਂ ਦੱਸਣਾ ਚਾਹੁੰਦਾ, ਅਨਾਊਂਸ ਕਰੂੰਗਾ, ਉਹ 'ਚ ਐਕਸ਼ਨ ਨਹੀਂ ਹੈ, ਉਹ ਸਾਡੇ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਕਰ ਦੂਗੀ ਕਿ ਸਾਡੇ ਪੰਜਾਬੀਆਂ ਨੇ ਕਿਹੜੇ ਕਿਹੜੇ ਹਾਲਾਤਾਂ ਜਾ ਕੇ ਕਿੱਥੇ ਕਿੱਥੇ ਮੋਰਚੇ ਫਤਿਹ ਕੀਤੇ ਨੇ। ਉਹ ਅਰਲੀ ਹੋ ਜੂਗਾ ਜੇ ਮੈਂ ਹੁਣ ਉਹਦੇ ਬਾਰੇ ਗੱਲ ਕਰੂੰਗਾ। ਸੋ ਉਹ ਕਹਾਣੀ ਮੈਂ, ਮੇਰੇ ਦਿਲ ਦੀ ਇੱਛਾ, ਔਰ ਮੈਂ 100% ਉਹ ਕਹਾਣੀ ਲੈ ਕੇ ਆਊਂਗਾ। ਮੈਂ ਸਿਰਫ ਇਹ ਨਹੀਂ ਸੋਚਦਾ ਭਾਅ ਜੀ ਕਿ ਐਕਸ਼ਨ ਹੀ ਕਰਨਾ, ਬੰਦੇ ਹੀ ਵੱਢਣੇ ਆ ਜਾਂ ਕਰਨੇ ਆ, ਮੈਂ ਕਹਾਣੀਆਂ ਨਾਲ ਜੁੜਦਾ। ਦੇਖੋ ਤੁਸੀਂ ਆਲਵੇਜ਼ ਸਨੀ ਦਿਓਲ ਨੂੰ ਪਸੰਦ ਕੀਤਾ, ਨਲਕਾ ਪੱਟਦਾ, ਤਾੜੀਆਂ ਮਾਰਦੇ, ਉਹ 2.5 ਕਿਲੋ ਕੇ ਹੱਥ ਦਾ ਡਾਇਲੋਗ ਬੋਲਦਾ, ਫਿਲਮ ਸੁਪਰ ਡੁਪਰ ਹਿੱਟ ਹੋ ਜਾਂਦੀ ਹੈ। ਸੋ ਸਾਡੇ ਪੰਜਾਬੀਆਂ ਦੇ ਵਿੱਚ ਇੱਕ ਚੀਜ਼ ਤਾਂ ਹੈਗੀ ਕਿ ਸਾਡਾ ਹਰ ਇੱਕ ਗੱਲ ਕਹਿਣ ਦਾ ਅਤੇ ਹਰ ਇੱਕ ਲੜਾਈ ਲੜਨ ਦਾ ਤਰੀਕਾ ਅਲੱਗ ਹੈ।
ਅਸੀਂ ਉਹ ਲੋਕ ਨਹੀਂ ਸੀਗੇ ਕਿ ਜਿਹੜੇ ਆਹ ਗੱਲ 'ਤੇ ਥੱਪੜ ਮਾਰੋ ਅਤੇ ਆਹ ਗੱਲ ਅੱਗੇ ਕਰ ਦਿਉ, ਉਹ ਲੋਕ ਨਹੀਂ ਸੀਗੇ, ਅਸੀਂ ਲੜਾਈ ਆਪਣੇ ਤਰੀਕੇ ਨਾਲ ਲੜੀ। ਸਾਡੀਆਂ 80% ਕੁਰਬਾਨੀਆਂ ਨੇ ਆਜ਼ਾਦੀ ਦੀ ਲੜਾਈ ਦੇ ਵਿੱਚ। ਸਾਡੇ ਗੁਰੂਆਂ ਨੇ ਉਪਦੇਸ਼ ਹੀ ਸਾਨੂੰ ਇਹ ਦਿੱਤਾ ਕਿ ਇੱਕ ਤਾਂ ਜਾਤ ਪਾਤ ਨਹੀਂ ਹੋਣੀ ਚਾਹੀਦੀ, ਦੂਜਾ ਜੇ ਤੁਹਾਨੂੰ ਕੋਈ ਬੰਦਾ ਦਬਾਉਂਦਾ ਤਾਂ ਤੁਸੀਂ ਆਪਣੇ ਤਰੀਕੇ ਨਾਲ ਉਹਦਾ ਜਵਾਬ ਦੇ ਸਕਦੇ ਹੋ। ਔਰ ਅਸੀਂ ਗਰਮਜੋਸ਼ੀ ਦੇ ਵਿੱਚ ਸਰਹੱਦਾਂ 'ਤੇ ਗੱਲ ਕਰ ਲਓ, ਸਭ ਤੋਂ ਅੱਗੇ ਅਸੀਂ ਹਾਂ। ਕਿਤੇ ਲੋੜ ਪੈਂਦੀ ਆ, ਅਸੀਂ ਪਹਿਲੇ ਹੋਵਾਂਗੇ ਜਦੋਂ ਫਾਰਮਰ ਪ੍ਰੋਟੈਸਟ ਹੋਇਆ ਜਿਹੜੀ ਦਿੱਲੀ ਦੇ ਹਿੱਕ 'ਤੇ ਜਾ ਕੇ ਬਹਿ ਗਏ ਅਤੇ ਉੱਥੋਂ ਲੈ ਆਏ ਆਪਣਾ ਹੱਕ। ਸੋ ਇਸ ਕਰਕੇ ਸਾਡੀਆਂ ਲੜਾਈਆਂ ਅਲੱਗ ਨੇ, ਸਾਡੇ ਹੀਰੋ ਅਲੱਗ ਨੇ, ਐਕਸ਼ਨ ਸਾਨੂੰ ਪੰਜਾਬੀਆਂ ਨੂੰ ਹਮੇਸ਼ਾ ਚੰਗਾ ਲੱਗਦਾ ਆ। ਸੋ ਇਸੇ ਕਰਕੇ ਸ਼ਾਇਦ ਮੈਨੂੰ, ਜੇ ਆਡੀਅੰਸ ਨੇ ਮੈਨੂੰ ਚਾਹਿਆ ਤਾਂ ਮੈਂ ਐਕਸ਼ਨ ਕਰ ਰਿਹਾ, ਐਕਸ਼ਨ ਵਾਈਜ਼ ਹੀ ਮੇਰੇ ਨਾਲ ਜੁੜਿਆ ਰਹੂਗਾ, ਮੈਂ ਕਰਦਾ ਰਹੂੰਗਾ। ਪਰ ਇਹ ਵਾਅਦਾ ਤੁਹਾਡੇ ਨਾਲ ਜ਼ਰੂਰ ਕਰਦਾ ਕਿ ਬਿਨਾਂ ਪੈਰ ਦੀਆਂ ਬੇਤੁਕੀਆਂ ਫਿਲਮਾਂ ਤੋਂ ਗੁਰੇਜ਼ ਕਰੂੰਗਾ। ਸਤਿ ਸ਼੍ਰੀ ਅਕਾਲ ਜੀ ਸਾਰੇ। ਮੈਂ ਪ੍ਰਥਮ ਇੱਕ ਮਿੰਟ, ਇੱਕ ਮੈਨੂੰ ਲੱਗਦਾ ਮੇਰੀ ਬਾਕੀ ਵੀ ਸਟਾਰ ਕਾਸਟ ਬੈਠੀ ਹੈ ਭਾਜੀ, ਇਹਨਾਂ ਨਾਲ ਕਰ ਲਈ ਸਾਂਝਾ। ਮੇਰਾ ਆਖਰੀ ਸਵਾਲ ਹੈ ਜੀ। ਹਾਂਜੀ ਭਾਜੀ, ਜਿਸ ਤਰ੍ਹਾਂ ਗਾਂਧੀ ਨੂੰ ਤੁਸੀਂ ਬਹੁਤ ਸਾਹਮਣੇ ਲੈ ਕੇ ਆਏ ਹੈ ਨਾ, ਉਹਦੇ ਕਿਰਦਾਰ ਨੂੰ ਬਹੁਤ ਲੋਕਾਂ ਨੇ ਪਸੰਦ ਵੀ ਕੀਤਾ, ਪੰਜਾਬ ਦੇ ਹੋਰ ਬਹੁਤ ਸਾਰੇ ਗੱਭਰੂ ਨੇ ਜਿਨ੍ਹਾਂ ਦੇ ਕਹਾਣੀਆਂ ਬਣਨੀਆਂ ਚਾਹੀਦੀਆਂ। ਬਿਲਕੁਲ ਬਿਲਕੁਲ, ਠੀਕ ਹੈ ਨਾ। ਬਣੀਆਂ ਵੀ ਨੇ, ਬਣੀਆਂ ਵੀ ਨੇ, ਡਾਕੂਆਂ ਦੇ ਮੁੰਡੇ ਤੋਂ ਤੁਸੀਂ ਸ਼ੁਰੂਆਤ ਕੀਤੀ, ਹਰਜੀਤਾ ਵੀ ਬਣੀ ਆ, ਹਰਜੀਤਾ ਵੀ ਬਣੀ ਆ, ਮਿੱਡੂ ਖੇੜੇ ਵਰਗੇ ਵੀ ਹਜੇ ਪੈਂਡਿੰਗ ਪਏ ਨੇ। ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਹੋਰ ਵੀ ਸਰਚਿੰਗ ਤੁਹਾਡੀ ਚੱਲ ਰਹੀ ਹੈ, ਜਿਸ ਤਰ੍ਹਾਂ ਗਾਂਧੀ ਦਾ ਕਰੈਕਟਰ ਅਸਟੈਬਲਿਸ਼ ਕੀਤਾ ਵੀ ਹੋਰ ਵੀ ਪੰਜਾਬ ਦੇ ਉਹਨਾਂ ਲੋਕਾਂ ਨੂੰ ਅਸੀਂ ਨੌਜਵਾਨਾਂ ਨੂੰ ਅਸਟੈਬਲਿਸ਼ ਕਰੀਏ ਜਿਨ੍ਹਾਂ 'ਤੇ ਫਿਲਮਾਂ ਬਣਨੀਆਂ ਚਾਹੀਦੀਆਂ ਨੇ, ਉਹ ਜਿਹੜੇ ਲੋਕਾਂ ਨੂੰ ਪਤਾ ਨਹੀਂ, ਲੋਕ ਉਹਨਾਂ ਨੂੰ ਗੈਂਗਸਟਰ ਹੀ ਸਮਝੀ ਜਾਂਦੇ ਨੇ ਵੀ ਯਾਰ ਮਾੜੇ ਆਨਸਰ ਸੀ, ਬਟ ਉਹ ਮਾੜੇ ਹੈ ਨਹੀਂ ਸੀ, ਉਹ ਚੰਗੇ ਸੀ। ਉਹ ਦੇਖੋ ਕਈ ਵਾਰ ਚੀਜ਼ਾਂ ਨੂੰ ਨਾ ਸਿਸਟਮ ਬਣਾ ਦਿੰਦਾ, ਹਰ ਬੰਦਾ ਗਲਤ ਨਹੀਂ ਹੁੰਦਾ, ਪਰ ਕਈ ਸ਼ੌਕ ਲਈ ਵੀ ਬਣਦੇ ਨੇ ਕਿ ਨਾਮ ਕਰੀਏ, ਚਰਚਾ ਹੋਵੇ, ਕਈਆਂ ਨੂੰ ਕਈ ਸਿਸਟਮ ਦੀ ਭੇਟ ਚੜ੍ਹ ਕੇ ਬਣ ਜਾਂਦੇ ਨੇ। ਮੈਂ ਜਦੋਂ ਗਾਂਧੀ ਕੀਤੀ ਸੀ ਤਾਂ ਬਾਈ ਜੀ ਮੈਨੂੰ ਬਹੁਤ ਸਾਰੀਆਂ ਔਫਰਾਂ, ਫਲਾਣੇ 'ਤੇ ਫਿਲਮ ਬਣਾਉਣੀ ਆ, ਫਲਾਣੇ 'ਤੇ ਫਿਲਮ ਬਣਾਉਣੀ ਆ, ਮੈਂ ਨਾਮ ਨਹੀਂ ਹੁਣ ਦੱਸ ਸਕਦਾ, ਤਾਂ ਮੇਰਾ, ਮੈਂ ਆਪਣੇ ਆਪ ਨੂੰ ਜ਼ਿੰਮੇਵਾਰ ਸਮਝਦੇ ਹੋਏ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕੀਤਾ, ਜਦੋਂ ਕਿ ਉਹ ਫਿਲਮਾਂ ਚੱਲਣੀਆਂ ਸੀ ਅਤੇ ਮੇਰਾ ਨਾਮ ਵੱਡਾ ਹੋਣਾ ਸੀਗਾ, ਤਾਂ ਮੈਂ ਡਾਕੂਆਂ ਦੇ ਮੁੰਡੇ ਵਰਗਾ ਸਬਜੈਕਟ ਚੁਣਿਆ, ਅਤੇ ਮੈਨੂੰ ਹਾਰਡਕੋਰ ਜਿਹੜੇ ਗੈਂਗਸਟਰ ਰਹੇ ਨੇ ਉਹਨਾਂ ਦੇ ਉੱਤੇ ਫਿਲਮਾਂ ਬਣਾਉਣ ਲਈ ਫੰਡ ਵੀ ਤਿਆਰ ਕਰਕੇ ਬੈਠੇ ਸੀ ਲੋਕ, ਫਿਲਮਾਂ ਬਣਾਉਣ ਨੂੰ ਵੀ ਰੇਡੀ ਸੀ, ਬਟ ਮੈਨੂੰ ਇਹ ਸੀ ਮੈਂ ਕਿਸੇ ਨੂੰ ਗਲੋਰੀਫਾਈ ਨਹੀਂ ਕਰਨਾ। ਸੋ ਮੈਂ ਆਪਣਾ ਫਰਜ਼ ਸਮਝਦੇ ਹੋਏ ਉਹਨਾਂ ਫਿਲਮਾਂ ਤੋਂ ਗੁਰੇਜ਼ ਕੀਤਾ, ਜਦੋਂ ਕਿ ਉਹਨਾਂ ਨੂੰ ਨਾ ਕਰਨੀ, ਇੱਕ ਰਿਸਕ ਲੈਣ ਵਾਲਾ ਬਹੁਤ ਵੱਡਾ ਕੰਮ ਸੀਗਾ, ਉਹ ਵੀ ਕੀਤਾ। ਸੋ ਲੋਕ ਪਿੱਛੇ ਵੀ ਪਏ, ਫਿਰ ਕਿਵੇਂ ਉਹਨਾਂ 'ਚੋਂ ਨਿਕਲੇ ਉਹ ਸਾਨੂੰ ਹੀ ਪਤਾ, ਅਤੇ ਬਟ ਮੇਰਾ ਇਹੀ ਰਿਹਾ ਕਿ ਮੈਂ ਹਮੇਸ਼ਾ ਉਹੀ ਸਿਨੇਮਾ ਕਰਾਂ ਜਿਹੜਾ ਸਿਨੇਮਾ ਲੋਕਾਂ ਨੂੰ ਸੇਧ ਦੇਵੇ, ਗਲਤ ਮੇਰੇ ਖਿਆਲ 'ਚ ਮੈਸੇਜ ਨਾ ਦੇਵੇ। ਮੈਨੂੰ ਲੱਗਦਾ ਹਰ ਇੱਕ ਬੰਦੇ ਦੀ ਕਹਾਣੀ ਉਹ ਡਾਕੂਆਂ ਦੇ ਮੁੰਡੇ ਵਰਗੀ ਹੋਈ ਹੈ, ਗਾਂਧੀ ਵਰਗੀ ਹੋਈ ਹੈ। ਜ਼ਿਆਦਾ ਅਸੀਂ ਜੇ ਇਹਨਾਂ ਚੀਜ਼ਾਂ ਦੇ ਵਿੱਚ ਪੈ ਗਏ ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਕੋਈ ਗਲਤ ਚੀਜ਼ ਨਾ ਕਰ ਬੈਠੀਏ, ਚੀਜ਼ ਦਾ ਵੀ ਡਰ ਲੱਗਦਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਪੱਤਰਕਾਰ ਮਨਪ੍ਰੀਤ ਔਲਖ। ਦੇਵ ਬਾਈ, ਤੁਸੀਂ ਬਹੁਤ ਸਾਰੇ ਕਿਰਦਾਰ ਨਿਭਾਏ ਫਿਲਮਾਂ 'ਚ, ਕੁਝ ਰੀਅਲ ਕਿਰਦਾਰ ਸੀ ਉਹਨਾਂ ਦੇ ਉੱਤੇ ਵੀ ਕੰਮ ਕੀਤਾ, ਕੁਝ ਫਿਕਸ਼ਨ ਵੀ ਰਹੇ। ਮੈਂ ਤੁਹਾਡੇ ਦੋ ਕਿਰਦਾਰਾਂ ਨੂੰ ਜੋੜੂੰਗਾ, ਇੱਕ ਗਾਂਧੀ ਅਤੇ ਇੱਕ ਕ੍ਰਿਸ਼ਨਾ ਮੋੜ। ਦੋਵਾਂ ਨੇ ਸਮੇਂ 'ਤੇ ਹਥਿਆਰ ਚੱਕੇ ਹੈ, ਤੁਸੀਂ ਉਸ ਚੀਜ਼ ਨੂੰ ਨੋਟ ਕੀਤਾ ਵੀ ਦੋਵਾਂ ਦੇ ਹੱਥਾਂ ਦੇ ਵਿੱਚ ਹਥਿਆਰ ਕਿਉਂ ਆਏ ਅਤੇ ਇਹਨਾਂ ਦਾ ਸਿੱਟਾ ਕੀ ਨਿਕਲਿਆ, ਤੁਸੀਂ ਇਸ ਨਤੀਜੇ 'ਤੇ ਪਹੁੰਚੇ? ਅਤੇ ਦੋਵਾਂ ਦੇ ਵਿੱਚ ਵਾਲੇ ਜੋ ਇੱਕ ਸਿਮਿਲਰ ਗੱਲ ਹੈ ਉਹ ਤੁਸੀਂ ਫੀਲ ਕੀਤੀ ਵੀ ਉਹ ਵੀ ਹਥਿਆਰ ਚੱਕਦੇ ਆ, ਕਿ ਸੁਸਾਇਟੀ ਆਲੇ ਦੁਆਲੇ ਉੱਦਾਂ ਦੀ ਸੀ ਅਤੇ ਗਾਂਧੀ ਵੀ, ਉਹ ਚੀਜ਼ਾਂ ਤੁਸੀਂ ਕਿਵੇਂ ਅਬਜ਼ਰਵ ਕੀਤੀਆਂ? ਭਾਅ ਜੀ, ਮੈਨੂੰ ਇਹ ਲੱਗਦਾ ਕਿ ਜਦੋਂ ਸਮੇਂ ਦੀਆਂ ਸਰਕਾਰਾਂ ਨੇ ਜਾਂ ਸਾਡੇ ਕਾਨੂੰਨ ਨੇ ਨਹੀਂ ਕਦੇ ਇਨਸਾਫ ਕੀਤਾ ਤਾਂ ਲੋਕ ਕਈ ਵਾਰ ਹਥਿਆਰ ਚੱਕਣ ਲਈ ਮਜਬੂਰ ਹੋ ਜਾਂਦੇ ਆ। ਜਿੱਥੇ ਸਾਨੂੰ ਇਨਸਾਫ ਮਿਲਦਾ ਹੋਵੇ, ਅੱਜ ਉਸ ਕੁੜੀ ਦਾ ਰੇਪ ਹੋਇਆ, ਜਦੋਂ ਕਿ ਉਹਨਾਂ ਨੂੰ ਖੜਾ ਕੇ ਉਸੇ ਟਾਈਮ ਗੋਲੀ ਮਾਰ ਦੇਣੀ ਚਾਹੀਦੀ ਸੀ, ਔਰ ਪਤਾ ਵੀ ਹੈ ਕਿ ਆਹ ਬੰਦਿਆਂ ਨੇ ਕੀਤਾ, ਕਿੰਨਾ ਬਰੂਟਲ ਰੇਪ ਹੋਇਆ, ਹਰ ਬੰਦੇ ਦੇ ਅੱਜ ਦਿਲ ਦੇ ਵਿੱਚ ਅੱਗ ਲੱਗੀ ਪਈ ਹੈ ਕਿ ਸਾਨੂੰ ਛੱਡ ਦਿਓ, ਅਸੀਂ ਪਾੜ ਦਾਂਗੇ।
ਸਾਡੇ ਹਰ ਇੱਕ ਦੇ ਵਿੱਚ। ਜਦੋਂ ਤੁਹਾਨੂੰ ਇਨਸਾਫ਼ ਨਹੀਂ ਮਿਲੂਗਾ ਫਿਰ ਤੁਸੀਂ ਜਾਂਦੇ ਹੋ ਇਹਨਾਂ ਚੀਜ਼ਾਂ ਦੇ ਵੱਲ। ਤੁਸੀਂ ਜੇ ਕਿਸ਼ਨੇ ਮੌੜ ਦੀ ਗੱਲ ਵੀ ਕਰਦੇ ਹੋ ਤਾਂ ਕਿਸ਼ਨਾ ਮੌੜ ਵੀ ਸਿਸਟਮ ਦਾ ਸਤਾਇਆ ਹੋਇਆ, ਜ਼ਬਰਦਸਤੀ ਫਸਾਇਆ ਹੋਇਆ, ਚੱਕ ਕੇ ਟੋਰਚਰ ਹੁੰਦਾ, ਉਹਨਾਂ ਲੋਕਾਂ 'ਤੇ ਜੁਰਮ ਹੁੰਦਾ, ਤਾਂ ਚੀਜ਼ਾਂ ਹੁੰਦੀਆਂ। ਸਾਡੇ ਕਈ ਨੌਜਵਾਨ ਇਸ ਚੀਜ਼ ਦੀ ਭੇਟ ਚੜ੍ਹੇ ਨੇ। ਮੈਂ ਇੱਕ ਵਾਰ ਇੱਕ ਵਕੀਲ ਨੂੰ ਮਿਲਿਆ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਮੇਰੇ ਕੋਲ ਆਓ ਅਤੇ ਮੈਂ ਤੁਹਾਨੂੰ ਕਹਾਣੀਆਂ ਦਿੰਦਾ। ਮੈਂ ਕਿਹਾ ਕੀ ਕਹਾਣੀਆਂ ਦਿਓਗੇ ਤੁਸੀਂ ਮੈਨੂੰ? ਕਹਿੰਦੇ ਮੈਂ ਇਹੋ ਜਿਹੇ ਹਜ਼ਾਰਾਂ ਲੋਕ ਨੇ ਜੇਲ੍ਹਾਂ ਦੇ ਵਿੱਚ ਜਿਨ੍ਹਾਂ ਨੇ ਕਦੇ ਕੋਈ ਜੁਰਮ ਨਹੀਂ ਕੀਤਾ, ਕੋਈ ਗੁਨਾਹ ਨਹੀਂ ਕੀਤਾ, ਬਟ ਉਹਨਾਂ ਨੂੰ ਸਜ਼ਾ ਹੋਈ ਹੋਈ ਆ, ਉਹ ਭੁਗਤ ਰਹੇ ਨੇ, ਲੋਕਾਂ ਦੇ ਫਸਾਏ ਹੋਏ ਨੇ। ਫਿਰ ਇਹੋ ਜਿਹੇ ਲੋਕ ਬਾਈ ਜੀ ਕੀ ਕਰਨ? ਬੰਦਾ ਅੱਕ ਜਾਂਦਾ ਕਈ ਵਾਰ, ਉਹਨੂੰ ਮਜਬੂਰਨ ਉਹਨੂੰ ਕੋਈ ਰਾਹ ਨਹੀਂ ਲੱਭਦਾ, ਉਹਨੂੰ ਲੱਗਦਾ ਕਿ ਯਾਰ ਜੋ ਮੇਰੇ ਨਾਲ ਹੋ ਰਿਹਾ, ਜੋ ਮੇਰੇ ਨਾਲ ਬੀਤ ਰਹੀ ਹੈ, ਇਹਦੇ ਨਾਲ ਤਾਂ ਫਿਰ ਮੈਂ ਆਪਣੇ ਤਰੀਕੇ ਨਾਲ ਜ਼ਿੰਦਗੀ ਜੀਵਾਂ। ਸੋ ਇਹ ਅੱਜ ਨਹੀਂ ਹੋ ਰਿਹਾ, ਇਹ ਸਮੇਂ ਤੋਂ ਹੁੰਦਾ ਆ ਰਿਹਾ। ਸਾਡੇ ਬਾਗੀ ਸਰਦਾਰ ਸੂਰਮੇ, ਜੇ ਅਸੀਂ ਉਹਨਾਂ ਦੀ ਗੱਲ ਵੀ ਕਰੀਏ, ਉਹ ਜਦੋਂ ਰਾਜੇ ਮਹਾਰਾਜੇ ਉਸ ਟਾਈਮ ਦੇ ਧੱਕਾ ਕਰਦੇ ਸੀਗੇ, ਜ਼ੁਲਮ ਕਰਦੇ ਸੀਗੇ, ਤਾਂ ਹਰੀ ਸਿੰਘ ਨਲੂਏ ਵਰਗੇ ਜਿੰਨੇ ਵੀ ਸੀਗੇ ਫਿਰ ਲੜਦੇ ਸੀ, ਖੜਦੇ ਸੀ ਬਾਈ ਜੀ। ਫਿਰ ਇਹ ਤਾਂ ਹੁਣ ਸ਼ੁਰੂ ਤੋਂ ਬਣੀ ਆਈ ਹੈ ਤਾਂ ਰੀਤ, ਇਹ ਅੱਜ ਦੀ ਤਾਂ ਹੈ ਨਹੀਂ। ਸਤਿ ਸ਼੍ਰੀ ਅਕਾਲ ਸਰ, ਮੇਰਾ ਸਵਾਲ ਸੀ ਕਿ ਗਾਂਧੀ 3 ਦੇ ਟ੍ਰੇਲਰ 'ਚ ਅਸੀਂ ਦੇਖਦੇ ਹਾਂ ਨਾ ਕਿ ਉਹਨਾਂ ਦੀ ਮਾਂ ਉਹਨਾਂ ਨੂੰ ਬਹੁਤ ਸ਼ਰੀਫ ਮੰਨਦੀ ਹੈ, ਕਹਿੰਦੀ ਕੁਝ ਵੀ ਕੀਤਾ ਹੋਵੇ ਕੀਤਾ ਤਾਂ ਚੰਗੇ ਲਈ ਹੋਣਾ, ਤਾਂ ਦੇਵ ਦੇ ਮਾਤਾ ਜੀ ਕਿਵੇਂ ਮੰਨਦੇ ਆ ਉਹਨਾਂ ਨੂੰ? ਮੈਂ ਤਾਂ ਸ਼ਰੀਫ ਹੀ ਹਾਂ ਜੀ, ਮੇਰੀ ਮਾਤਾ ਨੂੰ ਤਾਂ ਮੈਂ ਬਦਮਾਸ਼ ਲੱਗਦਾ ਨਹੀਂ ਹੈਗਾ, ਨਾ ਆਪਾਂ ਕਰਦੇ ਹਾਂ ਪੁੱਤ, ਦੇਖੋ ਮਾਂ ਲਈ ਹਮੇਸ਼ਾ ਕਪੁੱਤ ਨਹੀਂ ਹੋ ਸਕਦਾ ਕਦੇ, ਮਾਂ ਲਈ ਉਹਦਾ ਪੁੱਤ ਪੁੱਤ ਹੀ ਹੁੰਦਾ ਆਲਵੇਜ਼, ਕਿਉਂਕਿ ਮਾਂ ਰੂਹ ਨਾਲ ਉਹਦੇ ਨਾਲ ਜੁੜੀ ਹੁੰਦੀ ਆ, ਮਾਂ ਨੇ 9 ਮਹੀਨੇ ਅੰਦਰ ਰੱਖਿਆ ਹੁੰਦਾ, ਪੈਦਾ ਕੀਤਾ ਹੁੰਦਾ। ਸੋ ਮਾਂ ਨੂੰ ਕਦੇ ਵੀ ਆਪਣਾ ਪੁੱਤ, ਚਾਹੇ ਦੁਨੀਆ ਦੀ ਨਜ਼ਰ 'ਚ ਜਿੰਨਾ ਮਰਜ਼ੀ ਗਲਤ ਹੋਵੇ, ਮਾਂ ਦੀ ਨਜ਼ਰ 'ਚ ਆਲਵੇਜ਼ ਆਪਣਾ ਪੁੱਤ ਸਹੀ ਰਹਿੰਦਾ। ਸੋ ਉੱਦਾਂ ਦੀ ਕਿਰਦਾਰ ਗਾਂਧੀ ਵਾਲਾ ਜੀ, ਅਤੇ ਮੈਨੂੰ ਲੱਗਦਾ ਮਾਵਾਂ ਨੂੰ ਹਮੇਸ਼ਾ ਪੁੱਤ ਪਿਆਰੇ ਹੀ ਹੁੰਦੇ ਆ। ਅਦਿਤੀ, ਤੁਹਾਨੂੰ ਸਵਾਲ ਹੈ ਮੇਰਾ ਜੀ, ਮਾਈਕ ਦੇ ਦਿਓ ਦੇਵ ਜੀ। ਅਦਿਤੀ ਜੀ ਨੂੰ ਇੱਧਰ ਹੈ ਜੀ, ਸਾਹਮਣੇ, ਤੁਹਾਡੇ ਸਾਹਮਣੇ ਬਿਲਕੁਲ ਜੀ। ਅਦਿਤੀ, ਐਕਸ਼ਨ ਮੂਵੀ ਹੈ ਅਤੇ ਦੇਵ ਖਰੋੜ ਤੁਹਾਡੇ ਓਪੋਜਿਟ ਹੈ, ਰੋਮੈਂਟਿਕ ਮਾਮਲਿਆਂ ਵਿੱਚ ਹੱਥ ਇਹਨਾਂ ਦਾ ਟਾਈਟ ਹੀ ਹੈ, ਕਿਉਂਕਿ ਜਦੋਂ ਰੋਮੈਂਟਿਕ ਸੀਨ 'ਚ ਆਉਂਦੇ ਨੇ ਉਦੋਂ ਵੀ ਇੱਦਾਂ ਹੀ ਲੱਗਦਾ ਜਿਵੇਂ ਐਕਸ਼ਨ ਕਰ ਰਹੇ ਹੁੰਦੇ ਨੇ। ਐਕਚੁਅਲੀ ਸਹੀ ਗੱਲ ਹੈ, ਪਰ ਤੁਹਾਡਾ ਅਨੁਭਵ ਕਿੱਦਾਂ ਦਾ ਰਿਹਾ, ਕਿਉਂਕਿ ਐਜ਼ ਏ ਪ੍ਰੇਮੀ ਜਦੋਂ ਸਾਹਮਣੇ ਹੁੰਦਾ ਕਰੈਕਟਰ ਔਰ ਉਹ ਵੀ ਦੇਵ ਵਰਗਾ ਹੋਵੇ, ਤਾਂ ਤੁਹਾਡਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ? ਐਕਚੁਅਲੀ ਸਰ ਨੇ ਬਹੁਤ ਸਾਰੀਆਂ ਬਾਕਮਾਲ ਫਿਲਮਾਂ ਕੀਤੀਆਂ, ਅਤੇ ਜਦ ਮੈਂ ਲਾਸਟ ਸਰ ਦਾ ਇੱਕ ਗਾਣਾ ਦੇਖਿਆ ਸੀ ਅੱਟ ਦਿਸਦਾ, ਅਤੇ ਉਹ ਇੱਕ ਨਾ ਸਰ ਨੇ ਲੁੱਕ ਦਿੱਤੀ ਸੀਗੀ ਅੱਖਾਂ ਨਾਲ, ਅਤੇ ਮੈਨੂੰ ਸੀਗਾ ਕਿ ਉਹ ਸ਼ਿਟ ਵਾਹ ਮੈਂ ਕੰਮ ਕਰਨਾ ਇਹਨਾਂ ਨਾਲ। ਤਾਂ ਕਾਟੂ, ਉਹ ਤੋਂ ਬਾਅਦ ਮੈਨੂੰ ਮਨਦੀਪ ਸਰ ਨੇ ਅਪਰੋਚ ਕੀਤਾ ਇਸ ਫਿਲਮ ਲਈ, ਅਤੇ ਮੈਂ ਪਹਿਲੇ ਦਿਨ ਹੀ ਬਿਨਾਂ ਕੁਛ ਸਕ੍ਰਿਪਟ ਪੜ੍ਹੇ ਜਾਂ ਕੁਛ ਕਹੇ ਸੁਣੇ, ਮੈਂ ਕਿਹਾ ਮੈਂ ਸਰ ਇਹ ਫਿਲਮ ਕਰਨੀ ਆ, ਅਤੇ ਤੁਸੀਂ ਦੱਸੋ ਕਿੱਦਾਂ ਕਰਾਓਗੇ, ਕਿੰਨੀ ਮਿਹਨਤ ਕਰੋਗੇ? ਅਤੇ ਹਾਂਜੀ ਬਿਲਕੁਲ, ਬਹੁਤ ਵਧੀਆ ਲੱਗਦਾ ਇਹਨੇ ਬਾਕਮਾਲ ਆਰਟਿਸਟ ਨਾਲ ਕੰਮ ਕਰਕੇ, ਅਤੇ ਹੋਰ ਵੀ ਸਾਰੇ ਬਹੁਤ ਟੈਲੈਂਟਡ ਨੇ, ਇੰਨਾ ਕੁਛ ਸਿੱਖਣ ਨੂੰ ਮਿਲਿਆ। ਇਟ ਇਜ਼ ਐਨ ਓਪਨ ਯੂਨੀਵਰਸਿਟੀ ਫੋਰ ਮੀ, ਕਿਉਂਕਿ ਮੈਂ ਹਲੇ ਨਵੀਂ ਬਹੁਤੀਆਂ ਮੈਂ ਫਿਲਮਾਂ ਨਹੀਂ ਕੀਤੀਆਂ, ਅਤੇ ਇੰਨਾ ਐਕਸਪੀਰੀਅੰਸ ਨਹੀਂ ਹੈਗਾ, ਬਟ ਜਿੱਦਾਂ ਆਪਣੇ ਰੋਲ ਨੂੰ ਕਿੱਦਾਂ ਕੈਰੀ ਕਰਨਾ, ਕੀ ਚੀਜ਼ਾਂ ਸਿੱਖਣੀਆਂ, ਕਿੱਦਾਂ ਪ੍ਰੈਜੈਂਸ ਸਕਰੀਨ 'ਤੇ ਰੱਖਣੀ, ਉਹ ਮੈਂ ਸਿੱਖਿਆ, ਅਤੇ ਬਹੁਤ ਵੱਡੀ ਗੱਲ ਆ ਮੇਰੇ ਲਈ। ਦੇਵ ਨੇ ਕਿਹਾ ਹੋਣਾ ਪੱਕਾ ਉਹ ਪਿਆਰ ਪੂਰ ਕਰਨਾ ਸਾਡੇ ਪਾਸ ਦਾ ਰੋਗ ਹੈ ਨਹੀਂ, ਐਂ ਕਿਹਾ ਬਾਈ ਜੀ, ਜਮਾਂ ਐਂ ਕਿਹਾ, ਹਾਂ ਐਂ ਕਿਹਾ। ਔਰ ਜੋ ਗਾਂਧੀ ਦੇ ਕਰੈਕਟਰ ਦੀ ਇੱਕ ਪਛਾਣ ਬਣੀ ਹੋਈ ਹੈ, ਉਹਨੇ ਉਹੀ ਪਛਾਣ ਆਪਣੀ ਅੱਗੇ ਲੈ ਕੇ ਚੱਲਿਆ ਇਹਦੇ ਵਿੱਚ ਵੀ। ਕੁੜੀ ਦੇ ਦਿਲ 'ਚ ਜੋ ਕੁਛ ਮਰਜ਼ੀ ਹੋਵੇ ਗਾਂਧੀ ਲਈ, ਪਰ ਗਾਂਧੀ ਦੇ ਦਿਲ 'ਚ ਕੁਛ ਨਹੀਂ ਸੀ, ਉਹ ਤਾਂ ਇਹਨੂੰ ਸਮਝਾ ਕੇ ਜਾਂਦਾ। ਫਿਲਮ ਦੇਖੋਗੇ, ਮੈਂ ਇੱਕ ਗੱਲ ਨਾ ਇਸ ਫਿਲਮ ਬਾਰੇ ਜਿਹੜੀ ਇਹਦੀ ਖੂਬਸੂਰਤ ਹੈ, ਮਨੀਸ਼ ਭਾਅ ਜੀ ਨੇ ਕਹੀ ਆ ਉਹ ਗੱਲ ਕਿ ਇਹ ਜਿਹੜੀ ਜਦੋਂ ਗਾਂਧੀ ਪਹਿਲੀ ਆਈ ਇਹਨੇ ਟ੍ਰੈਂਡ ਸੈੱਟ ਕੀਤਾ ਇੱਕ, ਇਹਨੇ ਜਿਵੇਂ ਮੇਰੇ ਵਰਗੇ ਬੰਦੇ ਜਗਜੀਤ ਸੰਧੂ, ਅਸੀਂ ਸਾਰੇ, ਧੀਰਜ ਕੁਮਾਰ ਹੋ ਗਿਆ, ਲੱਕੀ ਧਾਲੀਆ, ਨਵਦੀਪ ਕਲੇਰ, ਸੋ ਲਗਾਤਾਰ ਹੁਣ ਇਹਨੇ ਵੀ ਲੀਡ ਦੇ ਵਿੱਚ ਫਿਲਮ ਕੀਤੀ, ਉਹ ਤੋਂ ਬਾਅਦ ਲੱਕੀ ਨੇ ਵੀ ਲੀਡ ਦੇ ਵਿੱਚ ਫਿਲਮਾਂ ਕੀਤੀਆਂ, ਜਗਜੀਤ ਕਰ ਰਿਹਾ, ਧੀਰਜ ਕਰ ਰਿਹਾ।
ਸੋ ਇਹਨੇ ਕਿੰਨੇ ਕਲਾਕਾਰ ਇਸ ਫਿਲਮ ਨੇ ਇੰਡਸਟਰੀ ਨੂੰ ਦਿੱਤੇ? ਨਹੀਂ ਪਹਿਲਾਂ ਕੋਈ ਥੀਏਟਰ ਵਾਲੇ ਸਾਈਡ ਪਿੱਲਰ ਹੋ ਸਕਦੇ ਸੀਗੇ, ਤੁਸੀਂ ਸਾਈਡ 'ਤੇ ਆ ਸਕਦੇ ਹੋ, ਬਟ ਲੀਡ ਦੇ ਉੱਤੇ ਆਉਣਾ, ਉਹਦੇ ਵਿੱਚ ਆਪਾਂ ਕਿਸੇ ਦਾ ਕਸੂਰ ਵੀ ਨਹੀਂ ਕੱਢਦੇ, ਕਿਉਂਕਿ ਸਿਨੇਮਾ ਜਿਹੜਾ ਹੈਗਾ ਉਹ ਪ੍ਰੋਡਿਊਸਰ ਨੇ ਪੈਸੇ ਲਾਏ ਆ, ਉਹ ਤਾਂ ਚਾਹੂਗਾ ਕਿ ਮੇਰਾ ਰਿਟਰਨ ਜਿਹੜਾ ਹੈਗਾ ਆਵੇ, ਉਹ ਕਿਹੜਾ ਕਲਾਕਾਰ ਉਹਨੂੰ ਦੇ ਰਿਹਾ ਜਿਹਦੇ ਫੋਲੋਅਰ ਵੱਧ ਨੇ, ਜਿਹਦੀ ਪਛਾਣ ਜ਼ਿਆਦਾ, ਉਹਨਾਂ ਕਲਾਕਾਰਾਂ ਦੇ ਉੱਤੇ, ਉਹਨਾਂ ਆਰਟਿਸਟਾਂ 'ਤੇ ਹੀ ਫਿਲਮਾਂ ਬਣਦੀਆਂ ਸੀ ਲੀਡ ਦੇ ਵਿੱਚ ਲੈ ਕੇ। ਇਸ ਫਿਲਮ ਤੋਂ ਬਾਅਦ ਕਿਤੇ ਜਾ ਕੇ ਸਾਡੇ ਵਰਗਿਆਂ 'ਤੇ ਯਕੀਨ ਬਣਿਆ ਤਾਂ ਇੱਕ ਸਿਨੇਮਾ ਜਿਹੜਾ ਪੈਰਲਰ ਆਪਾਂ ਕਹਿ ਸਕਦੇ ਹਾਂ ਉਹ ਸਟਾਰਟ ਹੋਇਆ। ਸੋ ਇਹ ਫਿਲਮ ਜਿਹੜੀ ਹੈਗੀ ਇਹਨੇ ਇੱਕ ਟ੍ਰੈਂਡ ਜਿਹੜਾ ਹੈਗਾ ਉਹ ਬਣਾਇਆ ਸਿਨੇਮੇ ਦੇ ਵਿੱਚ। ਦੇਵ ਭਾਅ ਜੀ ਸਤਿ ਸ਼੍ਰੀ ਅਕਾਲ, ਸਾਰੀ ਟੀਮ ਨੂੰ ਵੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸ਼ਿਵਮ ਗੱਲ ਕਰ ਰਿਹਾ ਮੈਂ। ਦੇਵ ਭਾਅ ਜੀ ਦੋ ਸਵਾਲ ਰਹਿਣਗੇ, ਪਹਿਲਾ ਸਵਾਲ ਫਿਲਮ ਨੂੰ ਲੈ ਕੇ ਹੀ ਹੈ, ਦੂਸਰਾ ਤੁਹਾਡੇ ਪਰਸਨ ਨੂੰ ਲੈ ਕੇ ਹੈ। ਫਿਲਮ ਦੀ ਗੱਲ ਕਰ ਲਈਏ, ਗਾਂਧੀ 3 ਯਾਰਾਂ ਦਾ ਯਾਰ, ਅਤੇ ਯਾਰਾਂ 'ਤੇ ਹੀ ਇਹ ਸਵਾਲ ਰਹੇਗਾ ਕਿਉਂਕਿ ਯਾਰਾਂ ਦੀ ਗੱਲ ਹੋਈ ਨਹੀਂ, ਕਿਸੇ ਨੇ ਕੀਤੀ ਨਹੀਂ ਹੈ। ਲੱਕੀ ਧਾਲੀਵਾਲ ਦੀ ਗੱਲ ਕਰ ਲਈਏ, ਤਨਵੀਰ ਦੀ ਗੱਲ ਕਰ ਲਈਏ, ਭਾਅ ਜੀ ਦੀ ਗੱਲ ਕਰ ਲਈਏ, ਯਾਰ ਅਸਲ ਦੇ ਵਿੱਚ ਨਾ ਵੈਸੇ ਹੁੰਦੇ ਭਸੂੜੀ ਹੈ, ਅਤੇ ਕੀ ਫਿਲਮ ਦੇ ਵਿੱਚ ਇਹਨਾਂ ਦੇ ਕਰਕੇ ਕਦੀ ਕੋਈ ਭਸੂੜੀ ਪਈ, ਤੁਹਾਨੂੰ ਪੰਗਾ ਪੈ ਗਿਆ ਹੋਵੇ? ਜਿੱਦਾਂ ਕਹਿੰਦੇ ਨਾ ਯਾਰ ਦਾ ਪੰਗਾ ਪਰ ਚੱਕਣਾ ਤੁਹਾਨੂੰ ਪੈਣਾ, ਕਿੱਦਾਂ ਹੋਇਆ ਕੁਛ? ਬਾਈ ਜੀ ਤੁਸੀਂ ਇਹਦੇ ਸਪੀਚ ਸੁਣੀ ਜਿਹੜੀ ਪਹਿਲੀ ਬੋਲਦਾ ਕਿ ਵਾਹਿਗੁਰੂ ਜੀ ਕਾ ਖਾਲਸਾ, ਤੁਹਾਡੇ ਪਿੰਡ 'ਚ ਆਏ ਹਾਂ, ਇਹਨੇ ਸਾਡੇ ਯਾਰ ਨੂੰ ਮਾਰਿਆ ਸੀ, ਭਾਜੀ ਮੋੜਨ ਆਏ ਆ, ਪੂਰੇ ਪਿੰਡ 'ਚ ਵੜਦੇ ਆ ਉਹ, ਔਰ ਲੋਕਾਂ ਨੂੰ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਬੁਲਾ ਕੇ ਵੀ ਸਾਡਾ ਦੇਖੋ ਟਾਰਗੇਟ ਆਹ ਬੰਦਾ, ਅਸੀਂ ਸਾਰੇ ਪਿੰਡ ਨੂੰ ਤੁਹਾਨੂੰ ਕੁਛ ਨਹੀਂ ਕਹਿਣਾ, ਜਿਹੜਾ ਇਹਦੀ ਸਪੋਰਟ 'ਚ ਆਇਆ ਫਿਰ ਉਹ ਆਪਣਾ ਸੋਚ ਲਏ, ਉਹ ਆਪਣੇ ਯਾਰ ਲਈ ਜਾਨ ਤਲੀ 'ਤੇ ਧਰ ਕੇ ਵੀ ਯਾਰ ਪਿੰਡ 'ਚ ਵੜ ਕੇ ਮਾਰਨਾ, ਪਿੰਡ 'ਚ ਵੜਦੇ ਨੇ ਉਹ, ਜਦੋਂ ਸੀਨ ਆਊਗਾ ਤੁਹਾਡੇ ਗੂਸ ਬੰਪਸ ਆ ਜਾਣਗੇ। ਅਤੇ ਬਾਕੀ ਵੀ ਨਾਲ ਹੀ ਖੜਦੇ, ਕੋਈ ਪੰਜਾਬ ਸਾਰੇ ਪਿੱਛੇ ਨਹੀਂ ਜੀ, ਮੇਰੀ ਗੱਲ ਸੁਣੋ, ਉਹਦੇ ਵਿੱਚ ਇੱਕ ਡਾਇਲੋਗ ਤੋਂ ਬਹੁਤ ਸਾਰੀਆਂ ਚੀਜ਼ਾਂ ਕਲੀਅਰ ਜੀ। ਨਹੀਂ ਨਹੀਂ ਉਹ ਮੇਰੇ ਯਾਦ ਬਦਲੇ ਦੀ ਅੱਗ ਬਲਦੀ, ਵੈਰੀ ਸਿੱਟ ਕੇ ਪੈਰਾਂ ਵਿੱਚ ਠਾਰੀ, ਵੈਲੀਆਂ ਦਾ ਪਿੰਡ ਵੱਜਦਾ, ਉਹ ਵੈਲੀਆਂ ਦਾ ਪਿੰਡ ਵੱਜਦਾ, ਗੋਲੀ ਠਾ ਮੱਥੇ ਵਿੱਚ ਮਾਰੀ। ਅੱਗੇ ਫਿਲਮ 'ਚ ਦੇਖੇ ਜੀ। ਦੇਵ ਭਾਅ ਜੀ ਲਾਸਟ ਸਵਾਲ ਤੁਹਾਡੇ ਲਈ ਆ, ਮੇਰਾ ਸੁਜੈਸ਼ਨ ਰਹੇਗਾ, ਐਜ਼ ਏ ਜੋ ਕਿ ਤੁਹਾਨੂੰ ਮੈਂ ਦੇਖਿਆ ਜਿਵੇਂ ਤੁਸੀਂ ਬਾਇਓਪਿਕਸ ਕਰਦੇ ਹੋ, ਤਾਂ ਮੇਰਾ ਇੱਕ ਸੁਜੈਸ਼ਨ ਰਹੇਗਾ, ਤੁਹਾਨੂੰ ਕੰਮ ਕਰਨਾ ਚਾਹੀਦਾ, ਤੁਸੀਂ ਪੰਜਾਬ ਦੇ ਕੋਈ ਐਸੇ ਸਪੋਰਟਸ ਪਰਸਨ 'ਤੇ ਬਾਇਓਪਿਕ ਤਿਆਰ ਕਰੋ ਜੋ ਤੁਹਾਡੀ ਪਰਸਨੈਲਿਟੀ ਨੂੰ ਆਈ ਥਿੰਕ ਸੂਟ ਕਰੇਗਾ, ਇੱਕ ਵੱਖਰੀ ਤੁਹਾਡੀ ਵੀ ਪਛਾਣ ਬਣੇਗੀ। ਸਪੋਰਟਸ ਵਾਲੇ ਦੀ ਕਰ ਰਿਹਾ, ਜਿਹੜੀ ਮੈਂ ਦੱਸੀ ਸੀ ਸਪੋਰਟਸ ਵਾਲੇ ਦੀ ਕਰ ਰਿਹਾ। ਮੈਨੂੰ ਥੋੜ੍ਹਾ ਆਈਡੀਆ ਇਹ ਹੈਗਾ ਕਿ ਤੁਹਾਨੂੰ ਹਾਕੀ ਦੇ ਕਪਤਾਨ ਸਰਪੰਚ ਸਾਹਿਬ ਦੀ ਬਾਇਓਪਿਕ ਕਰਨੀ ਹੈ। ਨਹੀਂ ਨਹੀਂ ਆਪਾਂ ਇਹੋ ਜਿਹੇ ਜੋ ਮੈਨੂੰ ਲੱਗਦਾ, ਬਾਕੀ ਇਹੋ ਜਿਹੇ ਹੀਰੋ 'ਤੇ ਫਿਲਮ ਕਰਾਂਗੇ ਜਿਹਦੇ ਬਾਰੇ ਤੁਹਾਨੂੰ ਪਤਾ ਹੀ ਨਹੀਂ, ਔਰ ਜਿਹੜੇ ਬੰਦੇ ਨੇ ਜਾਨ ਤਲੀ 'ਤੇ ਧਰ ਕੇ, ਜਾਨ ਤਲੀ 'ਤੇ ਧਰ ਕੇ ਕਿਸੇ ਟਾਈਮ ਦੇ ਵਿੱਚ ਇੱਕ ਚੈਂਪੀਅਨਸ਼ਿਪ ਪੰਜਾਬ ਨੂੰ ਜਿੱਤ ਕੇ ਲਿਆਉਂਦੀ ਸੀ, ਜਦੋਂ ਕਿ ਪੂਰੀ ਸਟੇਟ, ਪੂਰਾ ਹਿੰਦੁਸਤਾਨ ਵਿਰੋਧ ਕਰ ਰਿਹਾ ਸੀ ਸਰਦਾਰਾਂ ਦਾ, ਜਾ ਕੇ ਉੱਥੇ ਜਿੱਤਣਾ, ਉੱਥੇ ਜਾ ਕੇ ਦਿਲਾਂ 'ਤੇ ਰਾਜ ਕਰਨਾ, ਜਿਹੜੇ ਕਹਿੰਦੇ ਸੀ ਸਰਦਾਰੋ ਤੁਮ ਗੱਦਾਰ ਹੋ, ਸਰਦਾਰੋ ਤੁਮ ਮੁਰਦਾਬਾਦ, ਉਹੀ ਬੰਦਿਆਂ ਨੇ ਮੋਢੇ 'ਤੇ ਚੱਕੇ ਸੀ ਸਰਦਾਰ, ਅਤੇ ਸਰਦਾਰ ਜਿੰਦਾਬਾਦ ਹੋਈ ਸੀਗੀ। ਸੋ ਇਹੋ ਜਿਹੇ ਸਪੋਰਟਸਮੈਨ 'ਤੇ ਆਪਾਂ ਫਿਲਮ ਕਰਾਂਗੇ, ਬਾਬਾ ਜੀ ਸੁੱਖ ਰੱਖੇ, ਔਰ ਕੋਸ਼ਿਸ਼ ਇਹ ਰਹੂਗੀ ਕਿ ਇਹਨੂੰ ਜੇ ਕਿਤੇ ਸਾਥ ਦਿੱਤਾ ਕਿਸੇ ਪ੍ਰੋਡਕਸ਼ਨ ਹਾਊਸ ਨੇ, ਇਹ ਗੱਲ ਹਿੰਦੀ ਤੱਕ ਪੂਰੀ ਪਹੁੰਚਣੀ ਚਾਹੀਦੀ ਹੈ ਕਿ ਸਾਡੇ ਬੰਦੇ ਕਿੰਨੇ ਹੌਸਲੇ ਵਾਲੇ, ਔਰ ਸਾਡੇ ਪੰਜਾਬੀ ਜਦੋਂ ਕੋਈ ਚੀਜ਼ ਧਾਰ ਲੈਂਦੇ ਆ ਤਾਂ ਉਹਨੂੰ ਫਿਰ ਕਿਵੇਂ ਸਿਰਾ ਲਾਉਂਦੇ ਆ। ਮੇਰੇ ਵੱਲੋਂ ਇਹ ਇਕੱਲੇ ਪੰਜਾਬ ਤੱਕ ਸੀਮਿਤ ਨਹੀਂ ਰਹਿਣੀ ਚਾਹੀਦੀ, ਗੁੱਡ ਲੱਕ ਵੀ ਰਹੇਗਾ, ਇੰਤਜ਼ਾਰ ਵੀ ਰਹੇਗਾ, ਸਾਰੀ ਮੀਡੀਆ ਨੂੰ ਰਹੇਗਾ, ਖਾਸ ਕਰਕੇ ਪੰਜਾਬ ਨੂੰ ਰਹੇਗਾ। ਵਿਸ਼ ਯੂ ਗੁੱਡ ਲੱਕ। ਥੈਂਕ ਯੂ ਵੀਰੇ, ਫਿਲਮ ਵਾਸਤੇ। ਥੈਂਕ ਯੂ, ਥੈਂਕ ਯੂ, ਥੈਂਕ ਯੂ। ਪਰ ਮੈਂ ਚਾਹੁੰਦਾ ਕਿ ਯਾਰ ਬਾਕੀ ਵੀ ਕਿਤੇ ਆਈ ਨਾ ਯਾਰ, ਦੇਵ ਤੋਂ ਹੀ ਪੁੱਛੀ ਗਿਆ ਸਾਰੇ ਸਵਾਲ ਮੇਰੇ ਨਾਲ ਦੇ ਵੀ, ਆਹ ਵੀ ਹੁਣ ਤਨਵੀਰ ਬਾਈ ਇੰਨਾ ਸੋਹਣਾ ਕੰਮ ਕਰ ਰਿਹਾ ਬੰਬੇ, ਔਰ ਇੰਨੇ ਵੱਡੇ ਵੱਡੇ ਪ੍ਰੋਡਕਸ਼ਨ ਹਾਊਸਿਸ 'ਚ ਕੰਮ ਕਰ ਰਿਹਾ, ਹੁਣ ਰੋਡੇ ਕਾਲਜ ਆਈ, ਤੁਹਾਡੀ ਰੋਡੇ ਕਾਲਜ ਆਈ,
ਬਹੁਤ ਵਧੀਆ ਰਿਸਪੋਂਸ ਰਿਹਾ ਉਹਦਾ। ਖੈਰ ਕਨਸੈਪਟ ਤੁਹਾਡਾ ਉਹੀ ਸਟੂਡੈਂਟਸ ਨੂੰ ਲੈ ਕੇ ਆਇਆ, ਇਲੈਕਸ਼ਨਸ ਨੂੰ ਲੈ ਕੇ ਆਇਆ, ਪਰ ਇਸ ਵਾਰੀ ਤਨਵੀਰ ਕੀ ਵੱਖਰਾ ਕਰੇਗਾ? ਮੁਗਲੇ ਆਜ਼ਮ ਦੇ ਨਾਲੇ ਨਾਟਕ ਦੀ ਗੱਲ ਕਰ ਲਈਏ, ਉਹਦੀ ਵੀ ਬੜੀ ਸਿਫਤਾਂ ਸੁਣਨ ਨੂੰ ਮਿਲਦੀਆਂ, ਪਰ ਹੁਣ ਦਨਵੀਰ ਕੀ ਇਹਦੇ ਵਿੱਚ ਵੱਖਰਾ ਅਤੇ ਕੀ ਖਾਸ ਲੈ ਕੇ ਆਇਆ ਕਿ ਦਨਵੀਰ ਵੀ ਦੇਵ ਦੇ ਨਾਲ ਨਾਲ ਦਨਵੀਰ ਵੀ ਦਿਖੇਗਾ ਇਸ ਫਿਲਮ ਦੇ ਵਿੱਚ? ਮੇਰੀ ਜਦੋਂ ਇਸ ਫਿਲਮ ਦੇ ਲਈ ਗੱਲਬਾਤ ਹੋਈ ਸੀ ਸ਼ੁਰੂਆਤ ਦੇ ਵਿੱਚ ਮਨਦੀਪ ਬਾਈ ਨਾਲ, ਬਾਈ ਹੁਣਾਂ ਨਾਲ, ਬਾਈ ਚਹਿਲ ਬਾਈ ਨਾਲ, ਅਤੇ ਮੈਨੂੰ ਸਾਰਾ ਰੋਲ ਸਮਝਾਉਣ ਤੋਂ ਬਾਅਦ ਇਹ ਇੰਸਟਰਕਸ਼ਨ ਦਿੱਤੀਆਂ ਗਈਆਂ ਸੀ ਤੈਨੂੰ ਐਜ਼ ਅ ਸਰਪ੍ਰਾਈਜ਼ ਪੈਕੇਜ ਰੱਖਾਂਗੇ ਵੀ ਸ਼ਾਇਦ ਤੈਨੂੰ ਰਿਵੀਲ ਵੀ ਨਾ ਕਰੀਏ, ਫਿਲਮ ਦੇ ਵਿੱਚ ਹੀ ਦੇਖੇ। ਬਟ ਫਿਲਮ ਟ੍ਰੇਲਰ ਦੇ ਵਿੱਚ ਜਾਂ ਪਹਿਲਾਂ ਗਾਣਾ ਗੁੰਡਾ ਡੱਚ ਆਇਆ ਉਹਦੇ ਵਿੱਚ ਦਿਖਾਇਆ ਥੋੜ੍ਹਾ ਬਹੁਤ ਮੈਨੂੰ, ਬਟ ਮੈਂ ਆਪਣੇ ਕੈਰੈਕਟਰ ਬਾਰੇ ਕੁਝ ਬੋਲ ਕੇ ਦੱਸ ਨਹੀਂ ਸਕਦਾ, ਉਹਦੇ ਨਾਲ ਫਿਲਮ ਦਾ ਕਾਫੀ ਵੱਡਾ ਹਿੱਸਾ ਰਿਵੀਲ ਹੋ ਜਾਣਾ ਜੇ ਮੈਂ ਆਪਣੇ ਕੈਰੈਕਟਰ ਬਾਰੇ ਕੁਝ ਦੱਸੂੰਗਾ। ਇਸ ਕਰਕੇ ਮੇਰੀ ਰਿਕੁਐਸਟ ਇਹੀ ਹੈ ਕਿ ਹਾਂ, ਮੈਂ ਇੰਜੋਏ ਬਹੁਤ ਕੀਤਾ ਇਸ ਟੀਮ ਦੇ ਨਾਲ ਕੰਮ ਕਰਕੇ, ਅਤੇ ਕਿਉਂਕਿ ਪਹਿਲੀ ਵਾਰ ਮੈਂ ਇਹਨਾਂ ਸਾਰਿਆਂ ਨਾਲ ਕੰਮ ਕਰ ਰਿਹਾ ਸੀ, ਹਾਲਾਂਕਿ ਸਾਡੀਆਂ ਦੋਸਤੀਆਂ ਬਹੁਤ ਜ਼ਿਆਦਾ ਪੁਰਾਣੀਆਂ ਨੇ, ਅਸੀਂ ਜਾਣਦੇ ਇੱਕ ਦੂਜੇ ਨੂੰ ਬਹੁਤ ਸਾਲਾਂ ਤੋਂ ਹਾਂ। ਮੇਰੇ ਖਿਆਲ 'ਚ ਅਸੀਂ ਹੋਸਟਲ ਦੇ ਵਿੱਚ ਤਾਂ ਸਾਨੂੰ 17-18 ਸਾਲ ਹੋ ਗਏ ਇੱਕ ਦੂਜੇ ਨੂੰ ਜਾਣਦੇ ਹਾਂ। ਬਾਈ ਦੇਵ ਬਾਈ ਨੂੰ ਮੈਂ ਉਦੋਂ, ਬਾਈ ਨੇ ਮੈਨੂੰ ਯਾਦ ਕਰਵਾਇਆ, ਮੈਂ ਇੰਟਰਨ ਹੁੰਦਾ ਸੀ, ਮੈਂ ਕਾਲਜ 'ਚ ਪੜ੍ਹਦਾ ਸੀ, ਮੈਂ ਇੰਟਰਨ ਹੁੰਦਾ ਸੀ ਇੱਕ ਚੈਨਲ ਦੇ ਵਿੱਚ, ਅਸੀਂ ਮੈਂ ਐਜ਼ ਐਨ ਇੰਟਰਨ ਜੁਗਨੂੰ, ਬਾਈ ਜੁਗਨੂੰ ਦੀ ਸ਼ੂਟ ਕਰ ਰਿਹਾ ਸੀ, ਮੈਂ ਉੱਥੇ ਇੰਟਰਨ ਐਜ਼ ਐਨ ਇੰਟਰਨ ਆਇਆ ਹੋਇਆ ਸੀ, ਪਾਣੀ ਪੂਣੀ ਫੜਾਉਂਦਾ ਹੁੰਦਾ ਸੀ ਜਾਂ ਕਿਊਜ਼ ਲਿਖਦਾ ਹੁੰਦਾ ਸੀ ਥੱਲੇ ਬਹਿ ਕੇ ਅਤੇ ਟੀ ਸੀ ਨੋਟ ਕਰਦਾ ਹੁੰਦਾ ਸੀ, ਅਤੇ ਉਦੋਂ ਦੀ ਸਾਡੀ ਐਸੋਸੀਏਸ਼ਨ ਅਸੀਂ ਇੱਕ ਦੂਜੇ ਨੂੰ ਉਦੋਂ ਦੇ ਜਾਣਦੇ ਹਾਂ। ਬਟ ਰੱਬ ਨੇ ਸਬੱਬ ਹੁਣ ਬਣਾਇਆ ਸਾਡੇ ਕੰਮ ਕਰਨ ਦਾ, ਅਤੇ ਰਿਸਪੈਕਟ ਉਦੋਂ ਦੀ ਮਿਊਚੁਅਲੀ ਸਾਡੀ, ਇਹ ਨਹੀਂ ਹੈ ਕਿ ਕੰਮ ਨਹੀਂ ਕੀਤਾ ਤਾਂ ਰਿਸਪੈਕਟ ਨਹੀਂ ਹੈ, ਰਿਸਪੈਕਟ ਮਿਊਚੁਅਲੀ ਉਦੋਂ ਦੀ ਬਹੁਤ ਜ਼ਿਆਦਾ ਰਹੀ ਆ। ਸੋ ਗਾਂਧੀ ਨਾਲ ਜੁੜ ਕੇ ਇੰਜੋਏ ਬਹੁਤ ਕਰ ਰਿਹਾ, ਬਟ ਮੈਂ ਆਮ ਸੋ ਸੋਰੀ, ਮੈਂ ਰਿਵੀਲ ਨਹੀਂ ਕਰ ਪਾਊਂਗਾ ਮੈਂ ਕੀ ਕਰ ਰਿਹਾ ਇਸ ਫਿਲਮ ਦੇ ਵਿੱਚ। ਇੰਤਜ਼ਾਰ ਰਹੇਗਾ ਦੇ ਭਾਈ ਨਾ, ਇੱਕ ਗੱਲ, ਆਪਣਾ ਜਿਹੜਾ ਕੈਪਟਨ ਆਫ ਦਾ ਸ਼ਿਪ ਮਨਦੀਪ ਬੈਨੀਵਾਲ ਬਾਈ, ਤਾਂ ਉਹਨਾਂ ਨੇ ਬਹੁਤ ਕਮਾਲ ਦਾ ਸਿਨੇਮਾ ਦਿੱਤਾ ਆਲਵੇਜ਼, ਜੇ ਆਪਾਂ ਉਹਨਾਂ ਦੀ ਗੱਲ ਸਾਡਾ ਹੱਕ ਤੋਂ ਕਰੀਏ। ਸੋ ਕਈ ਅੰਡਰ ਰੇਟਡ ਡਾਇਰੈਕਟਰ ਹੁੰਦੇ ਨੇ ਜਿਨ੍ਹਾਂ ਦਾ ਨਾਮ ਉਸ ਪੱਧਰ 'ਤੇ, ਕਿਉਂਕਿ ਉਹ ਬਹੁਤ ਚੁੱਪ ਰਹਿੰਦੇ ਨੇ, ਸ਼ਾਂਤ ਰਹਿੰਦੇ ਨੇ ਅਤੇ ਲੁਕੇ ਰਹਿੰਦੇ ਨੇ, ਬਟ ਉਹ ਬਹੁਤ ਵੱਡਾ ਡਾਇਰੈਕਟਰ ਹੈ ਸਾਡੀ ਪੰਜਾਬੀ ਇੰਡਸਟਰੀ ਦਾ। ਜੇ ਤੁਸੀਂ ਹਿੱਟ ਫਿਲਮਾਂ ਦੀ ਰੇਸ਼ੋ ਦੇਖੋ ਤਾਂ ਸਾਡਾ ਹੱਕ, ਏਕਮ, ਉਹ ਤੋਂ ਬਾਅਦ ਡਾਕੂਆਂ ਦਾ ਮੁੰਡਾ 1, ਡਾਕੂਆਂ ਦਾ ਮੁੰਡਾ 2, DSP ਦੇਵ, ਫਿਰ ਗਾਂਧੀ, ਤਾਂ ਉਹਨਾਂ ਦੀ ਹਿੱਟ ਲਿਸਟ ਬਹੁਤ ਵੱਡੀ ਹੈ। ਸੋ ਉਹਨਾਂ ਦਾ ਨਾਮ ਉਸ ਤਰੀਕੇ ਨਾਲ ਇੰਡਸਟਰੀ 'ਚ ਨਹੀਂ ਲਿਆ ਜਾਂਦਾ। ਮੇਰੇ ਫੇਵਰੇਟ ਡਾਇਰੈਕਟਰ ਨੇ, ਮੇਰੀ 6ਵੀਂ ਫਿਲਮ ਆ ਬਾਈ ਦੇ ਨਾਲ, ਔਰ ਮਨੀਸ਼ ਭਾਅ ਜੀ ਡ੍ਰੀਮ ਰਿਐਲਿਟੀ ਮੂਵੀਜ਼, ਮੇਰੀ ਇਹਨਾਂ ਨਾਲ ਲਗਾਤਾਰ ਐਸੋਸੀਏਸ਼ਨ ਹੈ ਮੇਰੀਆਂ। ਮੈਨੂੰ ਲੱਗਦਾ ਇੱਕ ਦੋ ਫਿਲਮਾਂ ਛੱਡ ਕੇ ਸਾਰੀਆਂ ਮਨੀਸ਼ ਭਾਅ ਜੀ ਨੇ ਰਿਲੀਜ਼ ਕੀਤੀਆਂ ਨੇ, ਅਤੇ ਡ੍ਰੀਮ ਰਿਐਲਿਟੀ ਨਾਲ ਮੇਰੀ 7ਵੀਂ ਫਿਲਮ ਹੈ। ਨਾ ਹੀ ਮੇਰੇ ਤੋਂ ਬਿਨਾਂ ਮੈਨੂੰ ਜਾਣ ਦਿੰਦੇ ਨੇ, ਨਾ ਮੈਂ ਇਹਨਾਂ ਨੂੰ ਜਾਣ ਦੇਣਾ, ਨਹੀਂ ਕੰਮ ਅਸੀਂ ਇਕੱਠੇ ਕਰਦੇ ਹਾਂ। ਸੋ ਭਰਾਵਾਂ ਵਾਲਾ ਪਿਆਰ ਹੈ। ਸੋ ਹੁਣ ਵੀ ਪਲੈਨਿੰਗ ਸਾਡੀ ਫਿਊਚਰ ਦੇ ਵਿੱਚ, ਉਹੀ ਟੀਮ, ਉਹੀ ਜੁੜੇ ਹੋਏ ਹਾਂ ਅਸੀਂ ਸਾਰੇ। ਸੋ ਮੈਨੂੰ ਲੱਗਦਾ ਜੋ ਰਿਸਪੋਂਸ ਇਸ ਟਾਈਮ, ਇੱਕ ਨਾ ਪਤਾ ਲੱਗ ਜਾਂਦਾ ਤੁਹਾਨੂੰ, ਇਹ ਰਿਸਪੋਂਸ ਮੈਨੂੰ ਜੋ ਹੁਣ ਮਿਲਿਆ ਪਬਲਿਕ ਤੋਂ, ਮੈਂ ਹੋਰ ਵੀ ਫਿਲਮਾਂ ਪ੍ਰਮੋਟ ਕਰਕੇ ਆਇਆ, ਇਹ ਡਾਕੂਆਂ ਦਾ ਮੁੰਡਾ 1 ਟਾਈਮ ਭਾਅ ਜੀ, ਅਤੇ ਗਾਂਧੀ 2 ਟਾਈਮ ਉਦੋਂ ਮਿਲਦਾ ਹੁੰਦਾ ਸੀ, ਜਿਹੜਾ ਯੂਥ ਦੇ ਵਿੱਚ ਇਹ ਕਰੇਜ਼ ਦੇਖਿਆ ਮੈਂ, ਤਾਂ ਹੁਣ ਉਹ ਕਰੇਜ਼ ਦੁਬਾਰਾ ਦੇਖਿਆ ਮੈਂ। ਮੈਂ ਚਾਹੁੰਦਾ ਵਾਹਿਗੁਰੂ ਕਰੇ, ਜਿਵੇਂ ਮੇਰੀਆਂ ਫਿਲਮਾਂ ਦੀਆਂ ਟਿਕਟਾਂ ਪਹਿਲਾਂ ਲੋਕ ਐਂ ਫੋਟੋਆਂ ਪਾਉਂਦੇ ਹੁੰਦੇ ਸੀ ਵਿੱਚ ਨੂੰ ਬ੍ਰੇਕ ਆ ਗਈ ਸੀਗੀ, ਤਾਂ ਉਹ ਦੁਬਾਰਾ ਪਵੇ, ਦੁਬਾਰਾ ਹੋਵੇ ਸਾਰਾ ਕੁਛ, ਉਹ ਸਵੇਰ ਦੇ ਸ਼ੋਅ ਉਵੇਂ ਹਾਊਸਫੁੱਲ ਹੋਣ, ਉਵੇਂ ਹੂਟਿੰਗ ਹੋਵੇ ਸਾਰਾ ਕੁਛ। ਸੋ ਤੁਸੀਂ ਵਧੀਆ ਵਧੀਆ ਚੀਜ਼ਾਂ ਜਿਵੇਂ ਤੁਹਾਨੂੰ ਲੱਗਦਾ ਉਸ ਤਰੀਕੇ ਨਾਲ ਲਿਖਿਓ, ਛਾਪਿਓ, ਅਤੇ ਅੱਜ ਕੱਲ੍ਹ ਤਾਂ ਮੀਡੀਆ ਸਾਰਾ ਮੈਨੂੰ ਲੱਗਦਾ ਮੋਬਾਈਲ 'ਤੇ ਹੈ, ਤੁਹਾਡੇ ਹੱਥ 'ਚ ਵੀ ਬਹੁਤ ਕੁਛ ਹੁੰਦਾ। ਸੋ ਸਪੋਰਟ ਕਰਿਓ ਇਹੋ ਜਿਹੇ ਸਿਨੇਮੇ ਨੂੰ, ਔਰ ਇਹ ਸਿਨੇਮਾ ਇਕੱਲਾ ਐਕਸ਼ਨ ਦਾ ਸਿਨੇਮਾ ਨਹੀਂ, ਇਹਦੇ ਵਿੱਚ ਅਸੀਂ ਕੋਈ ਗੈਂਗਸਟਰ ਪ੍ਰਮੋਟ ਨਹੀਂ ਕਰ ਰਹੇ, ਅਸੀਂ ਇਹੋ ਜਿਹੇ ਬੰਦੇ ਦੀ ਕਹਾਣੀ ਲੈ ਕੇ ਆ ਰਹੇ ਹਾਂ ਤੁਹਾਡੇ ਲਈ, ਜਿਹੜਾ ਬੰਦਾ ਆਪਣੀ ਕਦੇ ਕੋਈ ਲੜਾਈ ਨਹੀਂ ਲੜਿਆ, ਜਿਹੜਾ ਬੰਦਾ ਅਸਲੀ ਮਰਦ ਕਹਿੰਦੇ ਉਹ ਹੁੰਦਾ ਜਿਹੜਾ ਕਮਜ਼ੋਰਾਂ ਨਾਲ ਨਹੀਂ ਕਮਜ਼ੋਰਾਂ ਲਈ ਲੜੇ। ਸੋ ਇਹੋ ਜਿਹਾ ਬੰਦਾ ਸੀਗਾ ਗਾਂਧੀ,
ਕਿ ਉਹ ਕਮਜ਼ੋਰਾਂ ਲਈ ਲੜਦਾ ਸੀ, ਦਬੇ ਕੁਚਲੇ ਲੋਕਾਂ ਲਈ ਖੜਦਾ ਸੀ, ਧੀਆਂ ਭੈਣਾਂ ਦੇ ਹੱਕ 'ਚ। ਸਭ ਤੋਂ ਵੱਡੀ ਗੱਲ, ਇੰਨੀ ਯੰਗ ਏਜ ਦੇ ਵਿੱਚ ਬੰਦਾ ਮੁੰਡਾ ਹੋਵੇ ਕੋਈ, ਹਰੇਕ ਕੁੜੀ ਨੂੰ ਭੈਣ ਕਹਿ ਕੇ ਬੁਲਾਉਣਾ, ਔਰ ਜਿਹੜੇ ਯਾਰ ਦੋਸਤ ਦੇ ਘਰ ਜਾਣਾ ਜਿੱਥੇ ਮਾਵਾਂ ਭੈਣਾਂ ਬੈਠੀਆਂ ਹੋਣੀਆਂ, ਨੀਵੀਂ ਪਾ ਕੇ ਨਿਕਲਣੀਆਂ, ਇਹ ਗੱਲਾਂ ਆਮ ਲੋਕਾਂ ਤੋਂ ਸੁਣਨ ਨੂੰ ਮਿਲਦੀਆਂ ਨੇ, ਇਹ ਸਾਡੀਆਂ ਕੋਈ ਬਣਾਈਆਂ ਹੋਈਆਂ ਗੱਲਾਂ ਨਹੀਂ ਹੈਗੀਆਂ ਵੀ ਅਸੀਂ ਆਪਣੀ ਫਿਲਮ ਚਲਾਉਣ ਲਈ ਇਹ ਕਰੈਕਟਰ ਇੱਦਾਂ ਦਾ ਬਣਾਤਾ। ਜੇ ਲੋਕ ਗੱਲਾਂ ਕਰਦੇ ਨੇ ਤਾਂ ਇਹੋ ਜਿਹਾ ਇਨਸਾਨ ਸੀ ਉਹ। ਖੰਨੇ ਸੁਧਾਰ ਕਾਲਜ ਮੁੰਡੇ ਕੁੜੀਆਂ ਨੂੰ ਤੰਗ ਕਰਦੇ ਸੀ ਨਜਾਇਜ਼, ਇੱਕ ਵਾਰ ਜਾ ਕੇ ਕਹਿ ਕੇ ਆਇਆ ਸੀ, ਉੱਥੇ ਅਨਾਊਂਸ ਕਰਕੇ ਆਇਆ ਸੀ ਕਿ ਇੱਥੇ ਸਾਰੀਆਂ ਮੇਰੀਆਂ ਭੈਣਾਂ ਪੜ੍ਹਦੀਆਂ ਨੇ, ਕੋਈ ਮੈਨੂੰ ਦੇਖਣਾ ਨਹੀਂ ਚਾਹੀਦਾ ਸੀ। ਕਹਿੰਦੇ ਉਸ ਕਾਲਜ ਦੇ ਅੱਗੇ ਗੇੜੀਆਂ ਵੱਜਣੀਆਂ ਬੰਦ ਹੋ ਗਈਆਂ ਸੀ, ਜਦ ਤੱਕ ਉਹ ਰਿਹਾ। ਸੋ ਇਹੋ ਜਿਹਾ ਇਨਸਾਨ ਦੀ ਕਹਾਣੀ ਆ, ਅਤੇ ਉਹਦਾ ਤਰੀਕਾ ਅਲੱਗ ਸੀਗਾ, ਉਹਦਾ ਤਰੀਕਾ ਹਰ ਇੱਕ ਬੰਦੇ ਦਾ ਅਲੱਗ ਹੁੰਦਾ ਆਪਣੀ ਗੱਲ ਕਹਿਣ ਦਾ, ਉਹਦਾ ਅਲੱਗ ਸੀਗਾ। ਥੈਂਕ ਯੂ।